ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤਿ ਗਿਆਨ ਟੀਵੀ ਚੈਨਲ ਵੱਲੋਂ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਬਹੁਤ ਲੰਮੇ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਸਾਡੇ ਸਿੱਖ ਮਾਈ ਭਾਈ ਵੱਲੋਂ ਜੋ ਸਵਾਲ ਕਰਨੇ ਚਾਹੀਦੇ ਨੇ ਅਤੇ ਉਹਨਾਂ ਦਾ ਜਵਾਬ ਉਹਨਾਂ ਨੂੰ ਗੁਰਦੁਆਰਿਆਂ 'ਚੋਂ ਮਿਲਣਾ ਚਾਹੀਦਾ, ਉਹ ਨਹੀਂ ਹੋ ਰਿਹਾ ਸੀ। ਪਹਿਲੀ ਗੱਲ ਤਾਂ ਸਵਾਲ ਕਰਨ ਦਾ ਕਿਸੇ ਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ, ਕਿਸੇ ਵੀ ਗੁਰਦੁਆਰੇ 'ਚ ਸਵਾਲ ਜਵਾਬ ਦਾ ਪ੍ਰੋਗਰਾਮ ਹੀ ਨਹੀਂ ਹੈ। ਅਤੇ ਕਥਾ ਕਰਨ ਵਾਲੇ ਕਥਾ ਕਰ ਜਾਂਦੇ ਨੇ, ਕੀਰਤਨ ਕਰਨ ਵਾਲੇ ਕੀਰਤਨ ਕਰ ਜਾਂਦੇ ਨੇ, ਗੁਰਦੁਆਰਾ ਕਮੇਟੀਆਂ ਵਾਲੇ ਸਮਾਗਮ ਤਾਂ ਬਹੁਤ ਮਨਾ ਲੈਂਦੇ ਨੇ, ਪਰ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਹੈ। ਅਤੇ ਜਿਹੜੀ ਗੁਰਮਤ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ, ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਵੀ ਕਿਤੇ ਨਹੀਂ ਹੈ। ਆਪਣੇ ਤੌਰ 'ਤੇ ਕੁਝ ਜਥੇਬੰਦੀਆਂ ਨੇ ਸੰਥਾ ਪਾਠ ਸ਼ੁੱਧ ਉਚਾਰਨ ਆਦਿਕ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ, ਪਰ ਉਹ ਵੀ ਉਹਨਾਂ ਦੇ ਆਪਸੀ ਮਤਭੇਦ ਬਹੁਤ ਨੇ, ਵਿਚਾਰ ਨਹੀਂ ਮਿਲਦੇ। ਤੋ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਨੌਜਵਾਨ ਸਵਾਲ ਕਰਨਗੇ, ਵਟਸਐਪ ਦੇ ਉੱਤੇ ਲਿਖ ਕੇ ਜਾਂ ਬੋਲ ਕੇ ਸੰਖੇਪ ਦੇ ਵਿੱਚ ਉਹ ਆਪਣਾ ਸਵਾਲ ਭੇਜਣ। ਮੈਂ ਆਪਣੀ ਬੁੱਧੀ ਅਨੁਸਾਰ ਜਿਤਨਾ ਕੁ ਗੁਰਮਤਿ ਦੀ ਮੈਂ ਸਟੱਡੀ ਕੀਤੀ ਹੈ ਉਹਦੇ ਅਨੁਸਾਰ ਗੁਰਬਾਣੀ ਦੇ ਚਾਨਣ ਵਿੱਚ ਜਵਾਬ ਦੇਣ ਦਾ ਉਪਰਾਲਾ ਕਰਾਂਗਾ। ਕੋਈ ਗਰੰਟੀ ਨਹੀਂ, ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਕਿ 100% ਮੈਂ ਜਵਾਬ ਸਹੀ ਦੇ ਸਕਾਂਗਾ। ਕਮੀ ਹੋ ਸਕਦੀ ਹੈ, ਜਿਹੜੀ ਤੁਹਾਨੂੰ ਕਮੀ ਲੱਗੇ ਤੁਸੀਂ ਦੂਰ ਕਰਨ ਦਾ, ਉਹਨੂੰ ਨਜ਼ਰ ਅੰਦਾਜ਼ ਕਰਨ ਦਾ ਪੂਰਾ ਹੱਕ ਰੱਖਦੇ ਹੋ। ਜਿਹੜੀਆਂ ਗੱਲਾਂ ਚੰਗੀਆਂ ਲੱਗਣ ਉਹਨਾਂ ਨੂੰ ਅਪਣਾ ਸਕਦੇ ਹੋ। ਮੈਂ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ, ਇਤਿਹਾਸ ਅਤੇ ਹੋਰ ਪ੍ਰੈਕਟੀਕਲ ਜ਼ਿੰਦਗੀ ਦੇ ਰਾਹੀਂ ਬਹੁਤ ਕੁਝ ਸਿੱਖਿਆ, ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਕਰਾਂਗਾ। ਉਮੀਦ ਹੈ ਤੁਸੀਂ ਇਸ ਨੂੰ ਹੋਰ ਦਿਲਚਸਪੀ ਦੇ ਨਾਲ ਅਪਣਾਓਗੇ ਅਤੇ ਆਪਣੇ ਦਿਲ ਦੇ ਵਿੱਚ ਗੁਰਮਤਿ ਨਾਲ ਸੰਬੰਧਿਤ ਜੋ ਸਵਾਲ ਉੱਠਣਗੇ ਉਹ ਸਾਨੂੰ ਲਿਖ ਕੇ ਜਾਂ ਬੋਲ ਕੇ ਭੇਜੋਗੇ, ਅਸੀਂ ਸਵਾਗਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਸਵਾਲ ਜਵਾਬ ਜੋ ਗੁਰਮਤਿ ਨਾਲ ਸੰਬੰਧਿਤ ਨੇ। ਬਹੁਤ ਸਾਰੇ ਨੌਜਵਾਨਾਂ ਨੇ, ਭੈਣਾਂ ਭਾਈਆਂ ਨੇ ਭੇਜੇ ਨੇ ਅਤੇ ਉਹਨਾਂ ਦਾ ਜਵਾਬ ਚਾਹੁੰਦੇ ਨੇ। ਮੈਂ ਆਪਣੀ ਬੁੱਧੀ ਅਨੁਸਾਰ ਉਹਨਾਂ ਦਾ ਜਵਾਬ ਦੇਣ ਦਾ ਯਤਨ ਕਰਾਂਗਾ। ਅਤੇ ਅੱਜ 9 ਫਰਵਰੀ 2020 ਨੂੰ ਇਹ ਪ੍ਰੋਗਰਾਮ ਸੋਮਵਾਰ ਵਾਲੇ ਦਿਨ ਤੁਸੀਂ ਸੁਣ ਰਹੇ ਹੋ ਅਤੇ ਤਤ ਗੁਰਮਤਿ ਗਿਆਨ ਮੀਡੀਆ ਦੇ ਰਾਹੀਂ ਇਹਨਾਂ ਨੂੰ ਯੂਟਿਊਬ ਚੈਨਲ ਤੋਂ ਵੀ ਸੁਣਿਆ ਜਾ ਸਕਦਾ ਹੈ। ਤੁਸੀਂ ਆਪਣੇ ਸਵਾਲ ਬੋਲ ਕੇ ਜਾਂ ਲਿਖ ਕੇ ਸੰਖੇਪ ਰੂਪ 'ਚ ਵਟਸਐਪ 'ਤੇ ਭੇਜ ਸਕਦੇ ਹੋ। ਆਓ 16 ਨੰਬਰ ਸਵਾਲ ਹੈ, ਕੀ ਗੁਰੂ ਨਾਨਕ ਸਾਹਿਬ ਸਾਡੇ ਵਰਗੇ ਹੀ ਸਨ? ਹਾਂ, ਸੱਚਮੁੱਚ ਸਰੀਰਕ ਪੱਖੋਂ ਗੁਰੂ ਨਾਨਕ ਸਾਹਿਬ ਵੀ ਮਾਤਾ ਪਿਤਾ ਤੋਂ ਜਨਮ ਲੈ ਕੇ ਸੰਸਾਰ ਦੇ ਵਿੱਚ ਆਏ ਸਨ। ਇਸ ਸਰੀਰ ਨੂੰ ਜਦੋਂ ਅਸੀਂ ਉਹਨਾਂ ਦੇ ਨੂੰ ਪੜ੍ਹਦੇ ਹਾਂ, ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਸਰੀਰ ਇਨਸਾਨਾਂ ਵਰਗਾ ਹੀ ਸੀ, ਜਿਹੋ ਜਿਹੇ ਕਿ ਆਮ ਇਨਸਾਨ ਹੁੰਦੇ ਨੇ, ਪਰ ਉਹਨਾਂ ਦਾ ਦਿਮਾਗ ਹੈ ਉਹ ਸਾਡੇ ਨਾਲੋਂ ਬਹੁਤ ਅੱਗੇ ਸੀ। 550 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਦੀਆਂ ਆਖੀਆਂ, ਬੇਅੰਤ ਊਚ ਪਾਏ ਦੀਆਂ ਵਿਚਾਰਾਂ ਉਹ ਸਾਡੇ ਕੰਮ ਆ ਰਹੀਆਂ ਨੇ। ਅਸੀਂ ਹੈਰਾਨ ਹੁੰਦੇ ਹਾਂ ਪੜ੍ਹ ਕੇ ਅਤੇ ਸੁਣ ਕੇ ਕਿ ਹੈਂ, ਗੁਰੂ ਨਾਨਕ ਸਾਹਿਬ ਨੇ ਇੰਨੀਆਂ ਅੱਗੇ ਦੀਆਂ ਗੱਲਾਂ ਆਖੀਆਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਵਿੱਚ ਵਿਚਰ ਕੇ ਇੱਕ ਇਨਸਾਨ ਹੋਣ ਦੇ ਨਾਤੇ ਉਹਨਾਂ ਨੇ ਸਾਰੇ ਕੰਮ ਕਰੇ ਨੇ। ਉਹਨਾਂ ਨੇ ਆਪਣੇ ਆਪ ਨੂੰ ਬੇਅੰਤ ਵਾਰੀ ਆਖਿਆ, ਹਮ ਆਦਮੀ ਹਾਂ ਇੱਕਦਮੀ, ਮੈਂ ਵੀ ਤੁਹਾਡੇ ਵਰਗਾ ਆਦਮੀ ਹਾਂ। ਅਤੇ ਗੁਰੂ ਸਾਹਿਬ ਨੇ ਇਹ ਵੀ ਕਈ ਵਾਰੀ ਆਖਿਆ ਕਿ ਭਾਈ ਹੈਗਾ ਤਾਂ ਮੈਂ ਆਦਮੀ, ਪਰ ਲੋਕ ਤਾਂ ਮੈਨੂੰ ਕਮਲਾ ਹੀ ਆਖੀ ਜਾਂਦੇ ਨੇ। ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ। ਤੋ ਉਹਨਾਂ ਨੇ ਆਪਣੇ ਆਪ ਨੂੰ ਇਨਸਾਨ, ਆਦਮੀ, ਮਨੁੱਖ ਇਹ ਸਾਰਾ ਕੁਝ ਆਪ ਕਹਿ ਕੇ ਸੰਬੋਧਨ ਕੀਤਾ ਹੋਇਆ। ਉਹ ਸਰੀਰਕ ਪੱਖੋਂ, ਬਣਤਰ ਪੱਖੋਂ, ਕੁਦਰਤ ਦੇ ਨਿਯਮਾਂ ਦੇ ਮੁਤਾਬਕ ਸਾਡੇ ਵਰਗੇ ਹੀ ਇਨਸਾਨ ਸਨ, ਪਰ ਉਹਨਾਂ ਦਾ ਦਿਮਾਗੀ ਪੱਧਰ ਸਾਡੇ ਨਾਲੋਂ ਬਹੁਤ ਉੱਚਾ ਸੀ। ਉਹ ਸੰਸਾਰ 'ਚ ਆਏ ਵੀ ਸਾਡੇ ਵਾਂਗੂ ਸੀ, ਇੱਥੋਂ ਵਿਦਾ ਵੀ ਸਾਡੇ ਵਾਂਗੂ ਹੋਏ, ਅਤੇ ਧਰਤੀ ਦੇ ਉੱਤੇ ਕੰਮ ਵੀ ਸਾਡੇ ਵਾਂਗੂ ਕੀਤੇ, ਪਰ ਉਹਨਾਂ ਦੇ ਕੰਮਾਂ ਦਾ ਪੱਧਰ ਬਹੁਤ ਉਚੇਰਾ ਸੀ, ਵਡੇਰਾ ਸੀ। ਹੋਰ ਤਾਂ ਭਾਵੇਂ ਸਾਡੇ ਕੋਲ ਬਹੁਤੇ ਸਬੂਤ ਨਹੀਂ ਹੈਗੇ, ਪਰ ਗੁਰਬਾਣੀ ਰੂਪੀ ਸਬੂਤ ਤਾਂ ਸਾਡੇ ਕੋਲ ਮੌਜੂਦ ਨੇ। ਐਡੇ ਵਿਖੜੇ ਹਾਲਾਤਾਂ ਦੇ ਵਿੱਚ ਇੰਨੀ ਦੂਰ ਦੂਰ ਤੱਕ ਸਫ਼ਰ ਕਰਨੇ ਅਤੇ ਲੋਕਾਂ ਨੂੰ ਝੰਜੋੜ ਕੇ ਜਗਾਉਣਾ, ਪੁਜਾਰੀਆਂ ਨੂੰ ਲਾਹਣਤਾਂ ਪਾਉਣੀਆਂ,
ਤੇ ਸੁੱਤੇ ਹੋਏ ਲੋਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਖੜੇ ਕਰਨ ਦਾ ਉਪਰਾਲਾ ਕਰਨਾ, ਇੱਕ ਇਹੋ ਜਿਹੀ ਵਿਚਾਰਧਾਰਾ ਅੱਗੇ ਤੋਰ ਦੇਣੀ ਜਿਹੜੀ ਸਮਾਂ ਪਾ ਕੇ ਇੱਕ ਸ਼ਕਤੀਸ਼ਾਲੀ ਇਨਕਲਾਬੀ ਲਹਿਰ ਬਣ ਕੇ ਉੱਭਰ ਪਈ ਅਤੇ ਆਲੇ ਦੁਆਲੇ ਦੇ ਪੁਜਾਰੀ ਲਾਣੇ ਨੂੰ ਭਾਜੜਾਂ ਪਵਾ ਦਿੱਤੀਆਂ ਅਤੇ ਇੱਕ ਵਾਰੀ ਤਾਂ 50 ਸਾਲ ਵਾਸਤੇ ਸਿੱਖ ਰਾਜ ਵੀ ਕਾਇਮ ਹੋ ਗਿਆ। ਇਹ ਗੁਰੂ ਸਾਹਿਬ ਦੀ ਹੀ ਦੇਣ ਸੀ। ਅੱਜ ਜਿਹੜੇ ਅਸੀਂ ਸਿੱਖ ਅਖਵਾ ਰਹੇ ਹਾਂ ਇਹ ਉਹਨਾਂ ਦੀ ਅਕਲ ਦੀ ਬਦੌਲਤ ਸੀ, ਗੁਰੂ ਸਾਹਿਬ ਦੀ ਮਿਹਨਤ ਦੀ ਬਦੌਲਤ ਸੀ। ਉਹਨਾਂ ਦਾ ਜੇ ਕਿਤੇ ਸਾਡੇ ਵਰਗਾ ਸਾਰਾ ਕੁਝ ਨਾ ਹੁੰਦਾ ਫਿਰ ਉਹ ਧਰਤੀ 'ਤੇ ਆਉਂਦੇ ਹੀ ਕਾਹਦੇ ਵਾਸਤੇ, ਕਿਤੇ ਹੋਰ ਚਲੇ ਜਾਂਦੇ। ਸੋ ਮਾਤਾ ਪਿਤਾ ਦੇ ਰਾਹੀਂ ਜਨਮ ਲੈ ਕੇ ਸਮਾਜ ਦੇ ਭਲੇ ਵਾਸਤੇ ਸਾਡੀ ਹੀ ਬੋਲੀ ਵਿੱਚ ਜਾਂ ਉਰਦੂ, ਫਾਰਸੀ, ਸੰਸਕ੍ਰਿਤ ਅਤੇ ਹੋਰ ਜਿਹੜੀਆਂ ਭਾਸ਼ਾਵਾਂ ਪ੍ਰਚਲਿਤ ਸਨ ਧਰਤੀ ਦੇ ਉੱਤੇ ਉਹਨਾਂ ਨੇ ਉਹ ਸਾਰੀਆਂ ਬੋਲੀਆਂ ਵੀ ਵਰਤੀਆਂ ਨੇ, ਉਹੋ ਜਿਹੇ ਮੁਹਾਵਰੇ ਵੀ ਵਰਤੇ ਨੇ। ਉਹ ਸਾਰਾ ਕੰਮ ਕੀਤਾ ਜਿਹੜਾ ਕਿ ਧਰਤੀ ਦੇ ਉੱਤੇ ਪ੍ਰਚਲਿਤ ਸੀ। ਤਾਂ ਉਹ ਸਾਡੇ ਵਰਗੇ ਸਰੀਰਕ ਪੱਖੋਂ ਇਨਸਾਨ ਸੀ ਪਰ ਮਾਨਸਿਕ ਪੱਖੋਂ ਉਹ ਬਹੁਤ ਉੱਚੇ ਸੀ। ਨਮਸਕਾਰ ਹੈ ਉਹਨਾਂ ਨੂੰ ਅਤੇ ਉਹਨਾਂ ਦੀ ਅਕਲ ਨੂੰ ਜਿਨ੍ਹਾਂ ਨੇ ਸਾਡੇ ਸਮਾਜ ਵਾਸਤੇ ਇੰਨਾ ਕੁਝ ਕੀਤਾ। ਸਵਾਲ ਨੰਬਰ 17, ਜੋ ਡੇਰੀਵਾਲ ਦੇ ਜਿਹੜਾ ਗੁਰਦਾਸਪੁਰ ਤੋਂ ਕਿਸੇ ਵੀਰ ਨੇ ਭੇਜਿਆ ਹੈ ਕਿ ਕੀ ਗੁਰੂ ਨਾਨਕ ਸਾਹਿਬ ਨੇ ਰੀਠੇ ਮਿੱਠੇ ਕੀਤੇ ਸਨ, ਕਿਉਂਕਿ ਉੱਥੇ ਗੁਰਦੁਆਰਾ ਰੀਠਾ ਸਾਹਿਬ ਵੀ ਬਣਿਆ ਹੋਇਆ ਹੈ। ਗੁਰੂ ਪਿਆਰ ਵਾਲਿਓ, ਗੈਰ ਕੁਦਰਤੀ ਅਣਵਿਗਿਆਨਕ ਕੋਈ ਵੀ ਚੀਜ਼ ਬਣਨੀ ਸੰਭਵ ਨਹੀਂ ਹੈ। ਉਂਝ ਤਾਂ ਜੇ ਕਲਮ ਚੜ੍ਹਾ ਕੇ ਕੁਝ ਵੀ ਬਣਾਉਣਾ ਹੋਵੇ ਰੁੱਖਾਂ ਦੇ, ਇੱਕੋ ਰੁੱਖ ਦੇ ਕਈ ਕਿਸਮ ਦੀਆਂ ਕਲਮਾਂ ਚੜ੍ਹਾ ਕੇ ਵੱਖੋ ਵੱਖਰੇ ਤਰ੍ਹਾਂ ਦੇ ਫਲ ਲਾਏ ਜਾ ਸਕਦੇ ਨੇ, ਪਰ ਉਹਨਾਂ ਜ਼ਮਾਨਿਆਂ 'ਚ ਹਾਲੇ ਇਹ ਕਾਢ ਨਹੀਂ ਸੀ ਨਿਕਲੀ ਕਿ ਰੀਠੇ ਦੇ ਉੱਤੇ ਕਿਸੇ ਮਿੱਠੇ ਹੋਰ ਤਰ੍ਹਾਂ ਦੇ ਕਲਮ ਚੜ੍ਹ ਕੇ ਰੀਠੇ ਮਿੱਠੇ ਬਣਾ ਲਏ ਜਾਣ। ਮੈਂ ਉੱਥੇ ਖੁਦ ਰੀਠਾ ਸਾਹਿਬ ਗੁਰਦੁਆਰਾ ਜਿਹੜਾ ਹੈ ਆਪ ਜਾ ਕੇ ਘੁੰਮ ਕੇ ਵੇਖ ਕੇ ਆਇਆ। ਉਹਨਾਂ ਕੋਲ ਜਿੰਨੀ ਸੰਗਤ ਆਉਂਦੀ ਹੈ ਉਹਨੂੰ ਬਹੁਤ ਜ਼ਿਆਦਾ ਰੀਠੇ ਦਿੱਤੇ ਜਾਂਦੇ ਨੇ। ਇੰਨੇ ਰੀਠੇ ਇੱਕੋ ਰੁੱਖ ਦੇ ਦੋ ਰੁੱਖਾਂ ਦੇ ਲੱਗ ਹੀ ਨਹੀਂ ਸਕਦੇ। ਉਹਨਾਂ ਨੇ ਪਿੰਡਾਂ ਦੇ ਵਿੱਚ ਆਲੇ ਦੁਆਲੇ ਕਿਸਾਨਾਂ ਨੂੰ ਠੇਕਾ ਦਿੱਤਾ ਹੋਇਆ, ਉਹ ਆਪਣੇ ਖੇਤਾਂ 'ਚ ਰੀਠਿਆਂ ਦੇ ਰੁੱਖ ਬੀਜਦੇ ਨੇ, ਉਹਨਾਂ ਤੋਂ ਫਲ ਤੋੜ ਕੇ ਫਿਰ ਉਹਨਾਂ ਨੂੰ ਗੁੜ ਦੀਆਂ ਚਾਹਣੀਆਂ ਦੇ ਵਿੱਚ ਮਿੱਠੇ ਕਰਨ ਵਾਸਤੇ ਪਾਇਆ ਜਾਂਦਾ। ਉਸ ਚਾਹਣੀ ਨੂੰ ਉਬਾਲਿਆ ਜਾਂਦਾ, ਕੁਝ ਮਿੱਠਾ ਰੀਠੇ ਦੇ ਅੰਦਰ ਦਾਖਲ ਹੋ ਜਾਂਦਾ, ਫਿਰ ਉਹ ਸਸਤੇ ਰੇਟ 'ਤੇ ਪਿੰਡਾਂ ਵਾਲਿਆਂ ਤੋਂ ਰੀਠੇ ਖਰੀਦ ਲਏ ਜਾਂਦੇ ਨੇ ਅਤੇ ਆਪਣੇ ਗੁਰਦੁਆਰੇ ਰੀਠਾ ਸਾਹਿਬ ਦੇ ਵਿੱਚ ਰੱਖ ਲਏ ਜਾਂਦੇ ਨੇ ਅਤੇ ਲੋਕਾਂ ਨੂੰ ਵੱਡੀਆਂ ਕੀਮਤਾਂ ਪ੍ਰਾਪਤ ਕਰਕੇ ਸ਼ਰਧਾ ਦੇ ਨਾਮ 'ਤੇ ਉਹ ਰੀਠੇ ਪ੍ਰਸ਼ਾਦ ਰੂਪ ਦੇ ਵਿੱਚ ਵਰਤਾਏ ਜਾਂਦੇ ਨੇ। ਬਹੁਤ ਵੱਡੀ ਇਨਕਮ ਦਾ ਸਾਧਨ ਹੈ। ਮੈਂ ਉੱਥੇ ਜਾ ਕੇ ਘੁੰਮ ਕੇ ਵੇਖਿਆ ਹਾਂ। ਉਂਝ ਮੈਂ ਖੇਤੀ ਯੂਨੀਵਰਸਿਟੀ ਲੁਧਿਆਣਾ ਤੋਂ ਇਹਨਾਂ ਚੀਜ਼ਾਂ ਦਾ ਪਤਾ ਕੀਤਾ ਹੈ। ਵਿਗਿਆਨਕ ਢੰਗ ਵਰਤ ਕੇ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਕੁਝ ਹੋ ਸਕਦਾ ਹੈ, ਪਰ ਗੁਰੂ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੈ। ਵਿਗਿਆਨਕ ਕਾਢਾਂ ਨਵੀਆਂ ਤੋਂ ਨਵੀਆਂ ਕੱਢਦੇ ਨੇ ਪਰ ਉਹ ਪਖੰਡ ਨਹੀਂ ਕਰਦੇ। ਇਹਨਾਂ ਰੀਠਿਆਂ ਨਾਲ, ਪੱਥਰਾਂ ਨਾਲ ਅਤੇ ਹੋਰਨਾਂ ਚੀਜ਼ਾਂ ਦੇ ਨਾਲ ਸਾਨੂੰ ਵਹਿਮ ਭਰਮ ਪਖੰਡ 'ਚ ਪਾਇਆ ਗਿਆ, ਸਾਡਾ ਮਾਨਸਿਕ ਵਿਕਾਸ ਰੁਕ ਗਿਆ। ਇਹੋ ਜਿਹੀ ਕੋਈ ਕਰਾਮਾਤ ਨਹੀਂ ਜਿਹਦੇ ਨਾਲ ਰੀਠੇ ਜਾਂ ਕੋਈ ਹੋਰ ਰੁੱਖਾਂ ਦੇ ਫਲ ਮਿੱਠੇ ਹੋ ਜਾਣ। ਸਵਾਲ ਨੰਬਰ 18, ਭਾਈ ਹਰਪ੍ਰੀਤ ਸਿੰਘ ਇੰਡੀਆਨਾ ਤੋਂ ਇਹਨਾਂ ਨੇ ਸਵਾਲ ਭੇਜਿਆ ਕਿ ਕੀ ਮਸੰਦਾਂ ਨੂੰ ਕੜਾਹਿਆਂ ਦੇ ਵਿੱਚ ਸਾੜ ਦੇਣੀ ਵਾਲੀ ਘਟਨਾ ਜੋ ਕਿ ਸਟੇਜਾਂ 'ਤੇ ਆਮ ਤੌਰ 'ਤੇ ਸੁਣਾਈ ਜਾਂਦੀ ਹੈ, ਕਿ ਕੀ ਇਹ ਸੱਚ ਹੈ? ਇਹ ਬਿਲਕੁਲ ਸੱਚ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਏਡੇ ਜ਼ਾਲਮ ਨਹੀਂ ਸੀ। ਇਹੋ ਜਿਹੇ ਕੰਮ ਤਾਂ ਘੱਟ ਤੋਂ ਘੱਟ ਜ਼ਾਲਮ ਲੋਕਾਂ ਨੇ ਕੀਤੇ ਹੋਣਗੇ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਉਹ ਇਸ ਤਰ੍ਹਾਂ ਤਰਸੀਹੇ ਦੇ ਕੇ ਲੋਕਾਂ ਨੂੰ ਮਾਰਦੇ ਸਨ, ਜਿਵੇਂ ਕਿ ਅਸੀਂ ਆਮ ਤੌਰ 'ਤੇ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਜ਼ਕਰੀਆ ਖਾਨ ਅਤੇ ਹੋਰ ਜਿਹੜੇ ਇਹੋ ਜਿਹੇ ਜ਼ਾਲਮ ਲੋਕ ਸਨ, ਉਹਨਾਂ ਨੇ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਜਿਹੜੇ ਉਹਨਾਂ ਦੇ ਵਿਰੋਧੀ ਸਨ ਉਹਨਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਅਤੇ ਉਹਨਾਂ ਨੂੰ ਅੱਜ ਤੱਕ ਲਾਹਣਤਾਂ ਪੈ ਰਹੀਆਂ ਨੇ। ਸਾਡਾ ਗੁਰੂ ਸਾਰਿਆਂ ਦਾ ਸਤਿਕਾਰਯੋਗ ਧਾਰਮਿਕ ਵਿਅਕਤੀ ਸੀ। ਜੇ ਕਿਸੇ ਇਨਸਾਨ ਨੇ ਗਲਤੀ ਕਰ ਦਿੱਤੀ ਹੈ ਉਹਨੂੰ ਉਹ ਪਾਸੇ ਤਾਂ ਕਰ ਦਿੰਦੇ ਸੀ ਕਿ ਭਾਈ ਤੇਰੇ ਨਾਲ ਹੁਣ ਮੇਰਾ ਕੋਈ ਸਰੋਕਾਰ ਨਹੀਂ, ਮੇਰੇ ਨਾਮ ਦੀ ਵੀ ਕਿਤੋਂ ਵਰਤੋਂ ਨਾ ਕਰੀ, ਕਿ ਇਹ ਨਾ ਆਖੀ ਕਿ ਮੈਂ ਉਸ ਗੁਰੂ ਦਾ ਸਿੱਖ ਹਾਂ, ਤੂੰ ਆਪਣੇ ਰਾਹ ਅਸੀਂ ਆਪਣੇ ਰਾਹ। ਪਰ ਗੁਰੂ ਸਾਹਿਬ ਕਿਸੇ ਨੂੰ ਕਿਸੇ ਗਲਤੀ ਦੇ ਕਾਰਨ ਕੜਾਹਿਆਂ 'ਚ ਪਾ ਕੇ ਤਲੇ, ਇਹ ਤਾਂ ਵੱਡਾ ਕਲੰਕ ਹੈ ਗੁਰੂ ਸਾਹਿਬ 'ਤੇ ਲੱਗਿਆ ਹੋਇਆ।
ਇਹੋ ਜੀ ਕਹਾਣੀ ਸੱਚ ਨਹੀਂ ਹੈ ਅਤੇ ਸਟੇਜਾਂ 'ਤੇ ਸੁਣਾਉਣ ਵਾਲਿਆਂ ਨੂੰ ਇਹੋ ਜਿਹੀਆਂ ਮੰਦੀਆਂ ਕਹਾਣੀਆਂ ਸੁਣਾਉਣ ਤੋਂ 1000 ਵਾਰ ਸੋਚਣਾ ਚਾਹੀਦਾ ਹੈ, ਸੰਕੋਚ ਕਰਨਾ ਚਾਹੀਦਾ ਹੈ। ਗੁਰੂ ਨੂੰ ਜਾਲਮਾਨਾ ਬਿਰਤੀ ਵਾਲਾ ਆਪਾਂ ਨਾ ਬਣਾਈਏ। ਸਵਾਲ ਨੰਬਰ 19, ਭਾਈ ਗੋਪਾਲ ਸਿੰਘ ਝਲਾਣਾ ਜੈਪੁਰ ਤੋਂ ਸਵਾਲ ਕਰਦੇ ਨੇ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਗੇ ਸਾਰਾ ਦੋਹਰਾ ਕਈ ਢੰਗਾਂ ਨਾਲ ਇਹਨਾਂ ਨੇ ਬਿਆਨ ਕੀਤਾ, ਲਿਖ ਕੇ ਭੇਜਿਆ ਕਿ ਕੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਾਰੇ ਹੈ, ਇਹ ਦੋਹਰਾ ਸਹੀ ਕਿਹੜਾ ਹੈ ਅਤੇ ਇਹਦੇ ਵਿੱਚ ਮਿਲਾਵਟ ਕਿਉਂ ਹੋਈ ਹੈ, ਇਹ ਤਰ੍ਹਾਂ ਤਰ੍ਹਾਂ ਦੇ ਢੰਗਾਂ ਨਾਲ ਸੰਗਤਾਂ ਦੇ ਵਿੱਚ ਕਿਵੇਂ ਪ੍ਰਚਲਿਤ ਹੋ ਗਿਆ। ਗੁਰੂ ਪਿਆਰ ਵਾਲਿਓ, ਅਸਲ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੇ ਕਿਤੇ ਸਹੀ ਮਾਇਨਿਆਂ 'ਚ ਸਮਝ ਲੈਂਦੇ ਤਾਂ ਇਹ ਗਲਤੀਆਂ ਵਾਰ ਵਾਰ ਨਾ ਹੁੰਦੀਆਂ। ਅਸੀਂ ਤਾਂ ਗੁਰਬਾਣੀ 'ਚੋਂ ਹੀ ਅਜਿਹੇ ਸ਼ਬਦ ਚੁਣ ਸਕਦੇ ਸੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਅਤੇ ਇਹਨਾਂ ਹੋਰ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਹੈਗੀਆਂ ਨੇ ਅਤੇ ਇਹੋ ਜਿਹੇ ਸ਼ਬਦਾਂ ਦੇ ਨਾਲ ਅਰਦਾਸ ਕੀਤੀ ਜਾ ਸਕਦੀ ਸੀ, ਪਰ ਇਹ ਬਹੁਤ ਸਾਰਾ ਗੁਰੂ ਸਾਹਿਬ ਦੇ ਸਿੱਖਾਂ ਦੇ ਨਾਮ ਨਾਲ ਜੋੜ ਕੇ, ਜਿਵੇਂ ਭਾਈ ਚੌਪਾ ਸਿੰਘ ਨੇ ਕੋਈ ਦੋਹਰਾ ਲਿਖ ਦਿੱਤਾ, ਆਗਿਆ ਭਾਈ ਅਕਾਲ ਕੀ, ਕੋਈ ਪੱਕਾ ਯਕੀਨ ਨਹੀਂ ਹੈ ਕਿ ਸੱਚ ਮੁੱਚੀ ਇਹ ਭਾਈ ਚੌਪਾ ਸਿੰਘ ਦਾ ਲਿਖਿਆ ਹੋਇਆ ਹੋਵੇ। ਫਿਰ ਉਸ ਇਸੇ ਤਰ੍ਹਾਂ ਅੱਗੇ ਜਾ ਕੇ ਭਾਈ ਚੌਪਾ ਸਿੰਘ ਨੇ ਤਾਂ ਲਿਖ ਦਿੱਤਾ ਸੀ, ਪੰਥ ਖਾਲਸਾ ਜਾਣਿਓ ਪ੍ਰਗਟ ਗੁਰਾਂ ਕੀ ਦੇਹ, ਪਰ ਇਹਨੂੰ ਗਿਆਨੀ ਗਿਆਨ ਸਿੰਘ ਨੇ ਬਦਲ ਦਿੱਤਾ, ਉਹਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕਹਿ ਦਿੱਤਾ। ਅਤੇ ਸਾਧਾਂ ਨੂੰ ਇਹ ਚੰਗਾ ਲੱਗਦਾ ਸੀ, ਉਹਨਾਂ ਨੇ ਖਾਲਸਾ ਪੰਥ ਨੂੰ ਗੁਰੂ ਦਾ ਪੁੱਤਰ ਦੇਹ ਰੂਪ ਜਾਣ ਕੇ ਸਨਮਾਨ ਦੇਣ ਦੀ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਦੇਹ ਬਣਾ ਦਿੱਤਾ ਅਤੇ ਗੁਰੂ ਦੀ ਦੇਹ ਨੂੰ ਫਿਰ ਭੋਗ ਵੀ ਲਗਵਾਉਣੇ, ਫਿਰ ਸੋਹਣੇ ਬਸਤਰ ਵੀ ਪਹਿਨਾਉਣੇ, ਏਸੀ ਵੀ ਲਾਉਣੇ ਅਤੇ ਉਹਨਾਂ ਨੂੰ ਹੀਟਰ ਵੀ ਲਾਉਣੇ ਅਤੇ ਤਰ੍ਹਾਂ ਤਰ੍ਹਾਂ ਦੀ ਜਿਉਂਦੇ ਇਨਸਾਨਾਂ ਵਾਂਗੂ ਉਹਦੀ ਸੇਵਾ ਕਰਨੀ, ਇਹ ਭਾਵਨਾ ਲੋਕਾਂ ਦੇ ਵਿੱਚ ਪ੍ਰਚਲਿਤ ਕਰ ਦਿੱਤੀ। ਇਹ ਗਿਆਨੀ ਗਿਆਨ ਸਿੰਘ ਤੋਂ ਪ੍ਰਚਲਿਤ ਹੋਇਆ ਜ਼ਿਆਦਾ। ਹੋਰ ਬਹੁਤ ਸਾਰੀਆਂ ਪੰਕਤੀਆਂ ਸਮੇਂ ਸਮੇਂ 'ਤੇ ਜੁੜਦੀਆਂ ਗਈਆਂ, ਘਟਦੀਆਂ ਗਈਆਂ, ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਡੇਰਿਆਂ ਨੇ ਆਪੋ ਆਪਣੀ ਮਨਮਰਜ਼ੀ ਦੀਆਂ ਪੰਕਤੀਆਂ ਜੋੜ ਲਈਆਂ ਅਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦਾ ਜਥੇਦਾਰ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਅਖਵਾਉਂਦੇ ਨੇ, ਉਹਨਾਂ ਦੀ ਇਸ ਪਾਸੇ ਕਦੇ ਜ਼ੁਬਾਨ ਨਹੀਂ ਖੁੱਲ੍ਹਦੀ, ਕਦੀ ਵੀ ਸੁਧਾਰ ਕਰਨ ਦਾ ਉਪਰਾਲਾ ਨਹੀਂ ਕਰਦੇ। ਸੋ ਇਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, 3 ਪੰਕਤੀਆਂ ਨੇ, ਪਰ ਇਹਨੂੰ ਸੁਧਾਰ ਕੇ ਸਹੀ ਮਾਇਨਿਆਂ 'ਚ ਜੇ ਪੜ੍ਹਨੀਆਂ ਹੀ ਹੋਣ ਤਾਂ ਯੋਗ ਢੰਗ ਦੇ ਨਾਲ ਹੀ ਅੱਗੇ ਲਿਆਉਣਾ ਚਾਹੀਦਾ। ਇਹਦੇ ਤੋਂ ਬਿਨਾਂ ਵੀ ਅਰਦਾਸ ਕੀਤੀ ਜਾ ਸਕਦੀ ਹੈ, ਇਹਦਾ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਅੱਜ ਤੱਕ ਨਾ ਦੋਹਰਾ ਪੜ੍ਹਿਆ ਜਾਂਦਾ ਅੰਮ੍ਰਿਤਸਰ ਵਿਖੇ ਅਤੇ ਨਾ ਹੀ ਜਕਾਰਾ ਛੱਡਿਆ ਜਾਂਦਾ, ਅਤੇ ਦੂਜਿਆਂ ਨੂੰ ਉਹ ਕਿਵੇਂ ਕੋਈ ਸੇਧ ਦੇ ਸਕਣਗੇ, ਉਹ ਤਾਂ ਆਪ ਹੀ ਸੇਧ ਤੋਂ ਵਿਹੂਣੇ ਲੋਕ ਬਣ ਚੁੱਕੇ ਹੋਏ ਨੇ। ਸਵਾਲ ਨੰਬਰ 20, ਸਵਾਲ ਭੇਜਣ ਵਾਲੇ ਦਾ ਨਾਮ ਭਾਈ ਬਲਜੀਤ ਸਿੰਘ, ਪਿੰਡ ਮੌੜ ਕਲਾਂ, ਜ਼ਿਲ੍ਹਾ ਬਠਿੰਡਾ। ਇਹਨਾਂ ਨੇ ਸਵਾਲ ਕੀਤਾ ਕਿ ਪਰਮਾਤਮਾ ਦਾ ਜਾਂ ਨਾਰਾਇਣ ਦਾ ਨਾਮਦੇਵ ਜੀ ਦੀ ਸਹਾਇਤਾ ਵਾਸਤੇ ਗਰੜ 'ਤੇ ਚੜ੍ਹ ਕੇ ਆਉਣਾ ਅਤੇ ਨਾਮਦੇਵ ਜੀ ਦਾ ਗਊ ਨੂੰ ਜਿਉਂਦੀ ਕਰਨਾ, ਇਹ ਕਿੱਥੋਂ ਤੱਕ ਸੱਚਾਈ ਹੈ? ਮੈਂ ਇਸ ਦਾ ਵਿਸਥਾਰ 'ਚ ਨਹੀਂ ਜਾਵਾਂਗਾ, ਕਿਉਂਕਿ 15-16 ਮਿੰਟ ਦਾ ਇੱਕ ਵੱਖਰਾ ਵੀਡੀਓ ਕਲਿੱਪ ਮੈਂ ਤਿਆਰ ਕਰ ਚੁੱਕਿਆ ਹਾਂ ਅਤੇ ਇਸ ਨੂੰ ਉਸ ਦੇ ਨਾਲ ਹੀ ਸੰਬੰਧਿਤ ਕਰ ਲਿਆ ਜਾਵੇਗਾ, ਭਾਵ ਕਿ ਉਹ ਕਲਿੱਪ ਛੇਤੀ ਹੀ ਫੇਸਬੁੱਕ 'ਤੇ ਪਾ ਦਿੱਤਾ ਜਾਵੇਗਾ, ਜਿਹਦੇ ਵਿੱਚ ਪੂਰਾ ਵਿਸਥਾਰ ਨਾਲ ਇਹ ਚੀਜ਼ਾਂ ਸਮਝਾਈਆਂ ਜਾਣਗੀਆਂ ਕਿ ਅਸਲ ਦੇ ਵਿੱਚ ਗਰੜ 'ਤੇ ਚੜ੍ਹ ਕੇ ਵਾਉਣ ਵਾਲਾ ਕੌਣ ਸੀ ਅਤੇ ਕੀ ਗਰੜ 'ਤੇ ਰੱਬ ਆ ਸਕਦਾ, ਕੀ ਮਰੀ ਗਾਂ ਨੂੰ ਨਾਮਦੇਵ ਜੀ ਜਿਉਂਦੇ ਕਰ ਸਕਦੇ ਨੇ, ਕੀ ਗਾਂ ਜਿਉਂਦੀ ਕਰਨੀ ਹੀ ਜ਼ਰੂਰੀ ਹੈ ਕਿ ਇਨਸਾਨੀਅਤ ਦੇ ਭਲੇ ਵਾਸਤੇ ਭਗਤਾਂ ਨੇ ਅਤੇ ਗੁਰੂ ਸਾਹਿਬ ਨੇ ਕੰਮ ਕੀਤਾ, ਕਿ ਬ੍ਰਾਹਮਣਾਂ ਨੂੰ ਹੀ ਖੁਸ਼ ਕਰਨਾ ਸੀ ਅਤੇ ਗਊਆਂ ਨੂੰ ਹੀ ਜਿਉਂਦੀਆਂ ਕਰਨਾ ਸੀ, ਇਹੋ ਹੀ ਡਿਊਟੀ ਸੀ ਨਾਮਦੇਵ ਜੀ ਦੀ ਅਤੇ ਹੋਰ ਭਗਤਾਂ ਦੀ? ਇਹਨਾਂ ਦਾ ਸਾਰੇ ਵਿਸਥਾਰ ਨਾਲ ਮੈਂ 15-16 ਮਿੰਟਾਂ ਦੀ ਵੀਡੀਓ ਕਲਿੱਪ ਬਣਾ ਕੇ ਛੇਤੀ ਪਾ ਰਿਹਾ, ਉਹਦੇ ਵਿੱਚ ਤੁਸੀਂ ਸਾਰਾ ਵਿਸਥਾਰ ਨਾਲ ਜਵਾਬ ਪ੍ਰਾਪਤ ਕਰ ਸਕੋਗੇ। ਸਵਾਲ ਨੰਬਰ 21, ਸ਼ਮਸ਼ੇਰ ਸਿੰਘ ਗੁਰਦਾਸਪੁਰ ਤੋਂ, ਉਹ ਪੁੱਛ ਰਹੇ ਨੇ ਕਿ ਨਿਹੰਗ ਸਿੰਘ ਗੁਰੂ ਜੀ ਨੇ ਤਿਆਰ ਕੀਤੇ ਸੀ? ਇੱਥੇ ਨਿਮਰਤਾ ਸਾਹਿਬ ਬੇਨਤੀ ਹੈ
ਕਿ ਨਿਹੰਗ ਸਿੰਘ ਅਸਲ ਦੇ ਵਿੱਚ ਸਾਰਾ ਸਿੱਖ ਪੰਥ ਹੀ ਉਹਨਾਂ ਸਮਿਆਂ ਦੇ ਵਿੱਚ ਨਿਹੰਗ ਸਿੰਘ ਸੀ, ਭਾਵ ਕਿ ਇਹੋ ਜੀ ਵਰਦੀ ਇਹਨਾਂ ਨੂੰ ਜੰਗ ਯੁੱਧ ਲੜਨ ਵਾਸਤੇ ਪਹਿਨਾਈ ਜਾਂਦੀ ਸੀ ਅਤੇ ਉਦੋਂ ਖੁੱਲ੍ਹੇ ਕੱਪੜੇ, ਨੰਗੀਆਂ ਲੱਤਾਂ ਅਤੇ ਗੋਲ ਪੱਗ, ਹਥਿਆਰ ਕੋਲ ਵੱਧ ਤੋਂ ਵੱਧ ਰੱਖਣੇ ਉਹਨਾਂ ਜ਼ਮਾਨਿਆਂ 'ਚ ਉਹ ਉਦੋਂ ਜ਼ਿੰਦਗੀ ਦੀ ਸਾਡੀ ਲੋੜ ਸੀ। ਅਤੇ ਸਮੇਂ ਦੇ ਅਨੁਸਾਰ ਬਹੁਤ ਕੁਝ ਬਦਲ ਗਿਆ ਹੈ। ਅੱਜ ਅਸੀਂ ਫੌਜ ਆਪਣੀ ਨਹੀਂ ਰੱਖ ਸਕਦੇ, ਜਿਵੇਂ ਕਿ ਦੁਨੀਆ ਦੇ ਬਾਕੀ ਲੋਕਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ ਅਤੇ ਲੋਕਾਂ ਨੂੰ ਆਪਣੀਆਂ ਉਹ ਪੁਰਾਣੀਆਂ ਚੀਜ਼ਾਂ ਵਿਖਾਉਂਦੇ ਨੇ। ਇੰਗਲੈਂਡ ਵਾਲਿਆਂ ਨੇ, ਇਟਲੀ ਵਾਲਿਆਂ ਨੇ ਜਾਂ ਜਰਮਨੀ ਵਾਲਿਆਂ ਨੇ ਪੁਰਾਣੇ ਲੋਕਾਂ ਦੀਆਂ ਜਿਹੜੇ ਜ਼ਾਲਮ ਸਨ, ਡਾਕੂ ਲੁਟੇਰੇ ਸਨ ਜਾਂ ਹੋਰ ਯਾਦਾਂ ਨਾਲ ਸੰਬੰਧਿਤ ਸਨ, ਉਹ ਚੀਜ਼ਾਂ ਬਹੁਤ ਸਾਰੀਆਂ ਅੱਜ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ, ਪਰ ਅੱਜ ਉਹਨਾਂ ਦੀ ਵਰਤੋਂ ਨਹੀਂ ਹੋ ਰਹੀ ਅਤੇ ਨਾ ਹੋ ਸਕਦੀ ਹੈ। ਇਸੇ ਤਰ੍ਹਾਂ ਨਿਹੰਗ ਸਿੰਘ ਅੱਜ ਇਹ ਵੀ ਦੱਸਣ ਕਿ ਇਹਨਾਂ ਨੇ ਪੰਥ ਦੇ ਭਲੇ ਵਾਸਤੇ ਅੱਜ ਕੀ ਕੀਤਾ, ਮੌਜੂਦਾ ਸਮੇਂ ਦੇ ਵਿੱਚ ਪੰਥ ਦੇ ਉੱਤੇ ਭਾਰ ਪਾਉਣ ਤੋਂ ਸਿਵਾਏ ਇਹਨਾਂ ਦਾ ਹੋਰ ਕੋਈ ਉਤਸ਼ਾਹਪੂਰਵਕ ਕਾਰਜ ਸਮਾਜ ਵਾਸਤੇ ਨਹੀਂ ਹੈ। ਇਹ ਗੁਰੂ ਸਾਹਿਬ ਨੇ ਉਸ ਸਮੇਂ 'ਚ ਵਰਦੀ ਪਹਿਨਾਈ ਸੀ, ਫੌਜ ਬਣਾਈ ਸੀ, ਅਤੇ ਅੱਜ ਅਜਿਹੀ ਵਰਦੀ, ਅਜਿਹੀ ਫੌਜ ਕਿੰਨੀ ਕੁ ਕਾਰਗਰ ਹੈ ਉਹ ਆਪ ਤੁਸੀਂ ਸਮਝ ਸਕਦੇ ਹੋ। ਜੇ ਕਿਸੇ ਨੂੰ ਇੱਛਾ ਹੋਵੇ, ਪਹਿਨਣ ਤੋਂ ਰੁਕਾਵਟ ਨਹੀਂ ਹੈ ਕਿ ਵਰਦੀ ਉਹ ਪਹਿਨ ਸਕਦਾ, ਪਰ ਆਪਣੇ ਆਪ ਨੂੰ ਫੌਜ ਦਾ ਵਾਰ ਵਾਰ ਅੰਗ ਨਾ ਦੱਸੇ। ਨਾਲੇ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਜੀ ਪੁਰਾਤਨ ਫੌਜਾਂ ਦਾ ਅੰਗ ਹਾਂ, ਉਹਨਾਂ ਫੌਜਾਂ ਨੇ ਤਾਂ ਬਹੁਤ ਵੱਡੇ ਕਾਰਜ ਕੀਤੇ ਸਨ, ਆਪਣੇ ਲੋਕਾਂ ਨੂੰ ਆਜ਼ਾਦ ਕਰਵਾਇਆ ਸੀ, ਪਰ ਅੱਜ ਇਹ ਫੌਜ ਕੀ ਕਰ ਰਹੀ ਹੈ? ਜਿੱਦਾਂ ਇਸ ਮੌਜੂਦਾ ਦੌਰ ਦੇ ਜਿਹੜਾ ਉਹਨਾਂ ਦਾ ਜੀਵਨ ਵਿਧੀ ਹੈ ਉਹਦੇ ਵੱਲ ਧਿਆਨ ਮਾਰਿਆ ਜਾਵੇ, ਫਿਰ ਤੁਹਾਨੂੰ ਆਪਣੇ ਆਪ ਸਮਝ ਆ ਜਾਵੇਗੀ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੋ ਜਿਹੇ ਸਿੱਖ ਬਣਾਏ ਸੀ, ਫੌਜ ਬਣਾਈ ਸੀ, ਕੀ ਉਸ ਰਾਹ 'ਤੇ ਇਹ ਚੱਲ ਰਹੇ ਨੇ ਕਿ ਨਹੀਂ ਚੱਲ ਰਹੇ ਨੇ। ਸਵਾਲ ਨੰਬਰ 22 ਭਾਈ ਮਹਿੰਦਰ ਸਿੰਘ ਪੂਨੇ ਤੋਂ ਪੁੱਛ ਰਹੇ ਨੇ ਕਿ ਬਾਬਾ ਬਹਿਲੋ ਜੀ ਕੌਣ ਸਨ? ਇਹ ਤਾਂ ਤੁਹਾਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ, ਕੁਝ ਨਾ ਕੁਝ ਤਾਂ ਖੇਚਲ ਜ਼ਰੂਰ ਕਰੋ, ਆਪਣੇ ਕੋਲ ਕਿਤਾਬਾਂ ਰੱਖਣ ਦੀ ਖੇਚਲ ਕਰੋ, ਘਰਾਂ ਦੇ ਵਿੱਚ ਜੇ ਤੁਸੀਂ ਵੀ ਪੜ੍ਹੋਗੇ ਤੁਹਾਡਾ ਪਰਿਵਾਰ ਵੀ ਪੜ੍ਹੇਗਾ, ਤੁਸੀਂ ਹੋਰਨਾਂ ਨੂੰ ਵੀ ਪੜ੍ਹਾਉਣ ਵਾਸਤੇ ਆਪਣਾ ਯੋਗਦਾਨ ਪਾਓਗੇ। ਭਾਈ ਬਹਿਲੋ ਜੀ ਪੰਜਵੇਂ ਪਾਤਸ਼ਾਹ ਨੇ ਬਠਿੰਡੇ ਦੇ ਇਲਾਕੇ 'ਚ ਮਾਨਸਾ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦੇ ਇਹ ਰਹਿਣ ਵਾਲੇ ਸੀ ਅਤੇ ਉਸ ਨੂੰ ਭਾਈ ਬਹਿਲੋ ਜੀ ਨੂੰ ਉਸ ਇਲਾਕੇ ਦੇ ਵਿੱਚ ਪ੍ਰਚਾਰਕ ਦੇ ਤੌਰ 'ਤੇ ਭੇਜਿਆ ਗਿਆ ਸੀ। ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰਾ ਗੁਰੂ ਘਰ ਦਾ ਸੇਵਾ ਦਸਵੰਧ ਦੀ ਵੀ ਕੀਤੀ, ਸੰਗਤਾਂ ਕੋਲੋਂ ਅੰਨ ਦਾਣਾ ਇਕੱਠਾ ਕਰਕੇ ਗੁਰੂ ਘਰ ਪਹੁੰਚਾਉਣਾ, ਗਰੀਬਾਂ ਨਿਵਾਣਿਆਂ ਦੀ ਸੇਵਾ ਕਰਨੀ ਅਤੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਕਿ ਭਾਈ ਗੁਰਮਤ ਵਾਲੇ ਪਾਸੇ ਜੁੜੋ, ਸਿੱਖ ਅਤੇ ਬਾਕੀ ਹਿੰਦੁਸਤਾਨ ਬਹੁਤ ਜ਼ੁਲਮ ਸਹਿ ਰਿਹਾ, ਵਹਿਮਾਂ ਭਰਮਾਂ ਪਖੰਡਾਂ 'ਚ ਪਿਆ ਹੋਇਆ, ਇਹਨਾਂ ਪਖੰਡਾਂ 'ਚੋਂ ਨਿਕਲੋ, ਜ਼ੁਲਮ ਨੂੰ ਖਤਮ ਕਰਨ ਵਾਸਤੇ ਤੁਸੀਂ ਗੁਰੂ ਕੀ ਸ਼ਰਨ ਵਿੱਚ ਆਓ, ਗੁਰੂ ਦੀ ਮੱਤ ਲੈ ਕੇ ਇਸ ਜ਼ੁਲਮ ਨੂੰ ਖਤਮ ਕਰਨ ਵਾਸਤੇ, ਸਵੈ ਮਾਣ ਵਾਲੀ ਜ਼ਿੰਦਗੀ ਜਿਉਣ ਵਾਸਤੇ ਆਓ, ਇੱਕ ਤਕੜੀ ਜਥੇਬੰਦੀ ਤਿਆਰ ਕਰੀਏ। ਅਤੇ ਇੱਥੇ ਬਸ ਇਹ ਭਾਈ ਬਹਿਲੋ ਜੀ ਦਾ ਜਿਹੜਾ ਪ੍ਰਚਾਰਕ ਦੇ ਤੌਰ 'ਤੇ ਮਹੱਤਵਪੂਰਨ ਯੋਗਦਾਨ ਹੈ। ਸਵਾਲ ਨੰਬਰ 23 ਭਾਈ ਜਤਿੰਦਰ ਸਿੰਘ ਜੀ ਕਸ਼ਮੀਰ ਤੋਂ ਪੁੱਛਦੇ ਨੇ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰਸਤਾ ਠੀਕ ਸੀ ਜਾਂ ਗਲਤ ਸੀ? ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਜੇ ਆਪਾਂ ਸੋਚ ਲਈਏ ਕਿ ਇਹਦਾ ਸਾਨੂੰ ਨਫ਼ਾ ਹੋਣਾ ਕਿ ਨੁਕਸਾਨ ਹੋਣਾ, ਤਾਂ ਸਾਡੇ ਘਰਾਂ ਦੇ ਵਿੱਚ ਵੀ ਨੁਕਸਾਨ ਹੋਣ ਤੋਂ ਬਚਤ ਹੋ ਸਕਦੀ ਹੈ। ਜਦੋਂ ਅਸੀਂ ਬਿਨਾਂ ਸੋਚੇ ਸਮਝੇ ਤੋਂ ਆਪਣੀ ਤਾਕਤ ਦੀ ਪਰਖ ਕਰਨ ਤੋਂ ਬਿਨਾਂ ਕਿ ਸਾਡੀ ਤਾਕਤ ਕਿੰਨੀ ਹੈ, ਸਾਡੇ ਕੋਲ ਪੈਸਾ ਕਿੰਨਾ ਹੈ, ਸਾਡੇ ਸਾਧਨ ਕੀ ਨੇ, ਉਹ ਸਾਰੀਆਂ ਚੀਜ਼ਾਂ ਪਰਖ ਪੜਚੋਲਣ ਤੋਂ ਬਾਅਦ ਫਿਰ ਆਪਾਂ ਫੈਸਲਾ ਲਈਏ ਤਾਂ ਕਾਮਯਾਬੀ ਮਿਲਣ ਦੇ ਚਾਂਸ ਨੇ। ਅਤੇ ਭਾਈ ਜਰਨੈਲ ਸਿੰਘ ਨੇ ਜੋ ਰਸਤਾ ਅਪਣਾਇਆ ਉਹ ਮੌਜੂਦਾ ਸਮੇਂ ਦੇ ਵਿੱਚ ਫਿੱਟ ਨਹੀਂ ਸੀ, ਉਹਨਾਂ ਨੇ ਭਾਰਤ ਸਰਕਾਰ ਦੀ ਤਾਕਤ ਨੂੰ ਨਹੀਂ ਮਹਿਸੂਸ ਕੀਤਾ ਕਿ ਇਹ ਭਾਰਤ ਸਰਕਾਰ 1965 ਦੇ ਵਿੱਚ ਪਾਕਿਸਤਾਨ ਨਾਲ ਵੱਡੀ ਜੰਗ ਲੜ ਚੁੱਕੀ ਹੈ, 1971 ਦੇ ਵਿੱਚ ਪਾਕਿਸਤਾਨ ਦੇ ਨਾਲੋਂ ਬੰਗਲਾਦੇਸ਼ ਨੂੰ ਜੰਗ ਲੜ ਕੇ ਅਲੱਗ ਕਰਵਾ ਚੁੱਕਿਆ ਹੈ, ਭਾਵ ਕਿ ਪਾਕਿਸਤਾਨ ਦੀ ਤਾਕਤ ਨਾਲੋਂ ਭਾਰਤ ਦੀ ਤਾਕਤ ਕਿਤੇ ਜ਼ਿਆਦਾ ਹੈ ਅਤੇ ਇਸ ਐਡੀ ਵੱਡੀ ਤਾਕਤ ਵਾਲੇ ਭਾਰਤ ਦੇ ਨਾਲ ਹਥਿਆਰਬੰਦ ਲੜਾਈ ਲੜਨੀ ਕਿਸੇ ਵੀ ਤਰ੍ਹਾਂ ਸਿਆਣਪ ਨਹੀਂ ਸੀ। ਇਹਨਾਂ ਗੱਲਾਂ ਦਾ ਪੁਰਾਣੇ ਲੀਡਰ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ 47 ਤੋਂ ਪਹਿਲਾਂ, ਸਮੇਤ ਗਾਂਧੀ, ਨਹਿਰੂ ਅਤੇ ਸਿੱਖਾਂ ਦੇ, ਉਹਨਾਂ ਨੂੰ ਪਤਾ ਸੀ ਅੰਗਰੇਜ਼ਾਂ ਦੇ ਮੁਕਾਬਲੇ ਸਾਡੀ ਤਾਕਤ ਬਹੁਤ ਥੋੜ੍ਹੀ ਹੈ, ਉਹ ਇਸੇ ਕਰਕੇ ਸ਼ਾਂਤਮਈ ਰਹਿ ਕੇ ਹੀ ਆਪਣਾ ਰੋਸ ਪ੍ਰਗਟ ਕਰਦੇ ਸੀ, ਸਮੇਤ ਗਾਂਧੀ ਦੇ, ਸਮੇਤ ਮਾਸਟਰ ਤਾਰਾ ਸਿੰਘ ਦੇ। ਅਤੇ ਇਸੇ ਤਰ੍ਹਾਂ ਹੁਣ ਜਦੋਂ ਭਾਰਤ ਸਰਕਾਰ ਦੇ ਕੋਲ ਟੈਂਕਾਂ ਨੇ,
ਤੋਪਾਂ ਨੇ, ਮਿਜ਼ਾਈਲਾਂ ਨੇ, ਹਵਾਈ ਜਹਾਜ਼ ਨੇ, ਬਹੁਤ ਸਾਰੀ ਤਾਕਤ ਹੈ ਅਤੇ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਹਥਿਆਰਬੰਦ ਲੜਾਈ ਦੇ ਵਿੱਚ ਸਿੱਖ ਕਾਮਯਾਬ ਨਹੀਂ ਹੋ ਸਕਦੇ। ਜੇ ਉਹਨਾਂ ਨੇ ਕੋਈ ਗੁਰੀਲਾ ਜੰਗ ਲੜਨੀ ਸੀ ਭਾਈ ਜਰਨੈਲ ਸਿੰਘ ਨੇ, ਤਾਂ ਦਰਬਾਰ ਸਾਹਿਬ ਤੋਂ ਅਕਾਲ ਤਖਤ ਤੋਂ ਬਾਹਰ ਜਾ ਕੇ ਉਹ ਲੜਾਈ ਲੜਦੇ। ਇਸ ਧਰਮ ਸਥਾਨ ਨੂੰ ਜੰਗ ਦਾ ਅੱਡਾ ਉਹਨਾਂ ਨੂੰ ਨਹੀਂ ਸੀ ਬਣਾਉਣਾ ਚਾਹੀਦਾ। ਬਹੁਤ ਸਾਰੇ ਵੀਰਾਂ ਭੈਣਾਂ ਨੂੰ ਇਹ ਗੱਲ ਕੌੜੀ ਲੱਗ ਸਕਦੀ ਹੈ, ਪਰ ਸਮਾਂ ਬੀਤ ਰਿਹਾ ਅਤੇ ਹੌਲੀ ਹੌਲੀ ਇਹ ਸੱਚਾਈਆਂ ਸਾਹਮਣੇ ਆ ਰਹੀਆਂ ਨੇ ਕਿ ਇਹ ਬਹੁਤ ਵੱਡੀ ਗਲਤੀ ਸੀ ਅਤੇ ਇਸ ਤਰ੍ਹਾਂ ਉਹਨਾਂ ਨੂੰ ਧਰਮ ਅਸਥਾਨ ਦੇ ਵਿੱਚ ਹਥਿਆਰਬੰਦ ਲੜਾਈ ਦਾ ਐਲਾਨ ਨਹੀਂ ਸੀ ਕਰਨਾ ਚਾਹੀਦਾ। ਸਵਾਲ ਨੰਬਰ 24, ਭਾਈ ਨਿਰਮਲ ਸਿੰਘ ਪਿੰਡ ਸਰਹਾਲੀ ਕਲਾਂ ਜ਼ਿਲ੍ਹਾ ਤਰਨ ਤਾਰਨ ਤੋਂ ਪੁੱਛ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਥੜੇ ਨੂੰ ਦੁੱਧ ਨਾਲ ਇਸ਼ਨਾਨ ਕਰਾਉਣਾ ਚਾਹੀਦਾ ਹੈ ਕਿ ਨਹੀਂ। ਇਹ ਤਾਂ ਬਹੁਤ ਕੋਮਨ ਸੈਂਸ ਦੀ ਗੱਲ ਹੈ, ਦੁੱਧ ਡੋਲਣ ਵਾਸਤੇ ਨਹੀਂ ਹੈ, ਥੜੇ ਨੂੰ ਫਰਸ਼ ਨੂੰ ਧੋਣ ਵਾਸਤੇ ਨਹੀਂ ਹੈ, ਪਰ ਸਭ ਤੋਂ ਵੱਡਾ ਪਾਗਲਪਣ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ, ਜਿਹੜਾ ਕਿ ਉੱਥੇ ਫਰਸ਼ ਨੂੰ ਸਾਫ਼ ਕਰਨ ਦੇ ਬਹਾਨੇ ਬਹੁਤ ਸਾਰਾ ਦੁੱਧ ਡੋਲਿਆ ਜਾਂਦਾ, ਰੋੜਿਆ ਜਾਂਦਾ। ਉਹ ਦੁੱਧ ਲੋੜਵੰਦਾਂ ਦੇ ਵਿੱਚ ਵਰਤਾ ਦਿੱਤਾ ਜਾਵੇ, ਚਾਹ ਆਦਿਕ ਬਣਦੀ ਹੈ ਉੱਥੇ ਉਹਦੇ 'ਚ ਵਰਤ ਲਿਆ ਜਾਵੇ, ਤਾਂ ਜੇ ਉਹ ਦੁੱਧ ਮੁੱਲ ਆਉਂਦਾ ਤਾਂ ਉਹ ਪੈਸਾ ਬਚਾ ਲਿਆ ਜਾਵੇ। ਦੁੱਧ ਦੇ ਨਾਲ ਥੜੇ ਆਦਿਕ ਧੋਣਾ ਨਰੋਲ ਮੂਰਖਤਾ ਹੈ, ਮਨਮਤ ਹੈ। ਇਹ ਸ਼ਿਵ ਲਿੰਗ ਦੀ ਦੁੱਧ ਨਾਲ ਧੋਣਾ ਅਤੇ ਪੂਜਾ ਕਰਨ ਦੇ ਹੀ ਬਰਾਬਰ ਹੈ। ਉੱਧਰ ਉਹ ਸ਼ਿਵ ਲਿੰਗ ਦੇ ਉੱਤੇ ਦੁੱਧ ਡੋਲਦੇ ਨੇ ਅਤੇ ਸਿੱਖਾਂ ਨੇ ਨਿਸ਼ਾਨ ਸਾਹਿਬ ਦੇ ਥੜੇ ਉੱਤੇ ਦੁੱਧ ਡੋਲਣਾ ਸ਼ੁਰੂ ਕਰ ਦਿੱਤਾ। ਇਹ ਵੱਡੀ ਮਨਮੁਖਤਾ ਹੈ, ਮੂਰਖਤਾ ਹੈ। ਗੁਰਬਾਣੀ ਨੇ ਜਾਂ ਸਾਡੇ ਇਤਿਹਾਸ ਨੇ ਜਾਂ ਸਾਡੀ ਰਹਿਤ ਮਰਿਆਦਾ ਨੇ ਅਜਿਹੀ ਕਿਤੇ ਵੀ ਕੋਈ ਇਜਾਜ਼ਤ ਨਹੀਂ ਦਿੱਤੀ। ਥੜਿਆਂ ਨੂੰ ਦੁੱਧ ਆਦਿਕ ਨਾਲ ਧੋਣ ਦੀ ਜ਼ਰੂਰਤ ਨਹੀਂ ਹੈ, ਸਫਾਈ ਦਾ ਖਿਆਲ ਰੱਖਣਾ ਬਣਦਾ। ਦੁੱਧ ਨਾਲ ਕੋਈ ਚੀਜ਼ ਸਾਫ਼ ਨਹੀਂ ਹੁੰਦੀ, ਬਲਕਿ ਦੁੱਧ ਡੋਲਣ ਤੋਂ ਬਾਅਦ ਫਿਰ ਪਾਣੀ ਨਾਲ ਹੀ ਧੋਣਾ ਪੈਂਦਾ ਹੈ। ਇਹਨਾਂ ਗੱਲਾਂ ਵੱਲ ਜੇ ਆਪਾਂ ਚੇਤਾ ਨਹੀਂ ਹੋਵਾਂਗੇ ਤਾਂ ਇਸ ਤਰ੍ਹਾਂ ਅੰਧ ਵਿਸ਼ਵਾਸ ਦੇ ਵਿੱਚ ਗਰਕੇ ਰਹਾਂਗੇ। ਸਵਾਲ ਨੰਬਰ 25, ਭਾਈ ਗੋਬਿੰਦ ਸਿੰਘ ਅਮਰੀਕਾ ਤੋਂ ਸਵਾਲ ਕਰ ਰਹੇ ਨੇ ਕਿ ਗੁਰਬਾਣੀ ਵਿੱਚ ਗੁਰੂ ਅਤੇ ਸਤਿਗੁਰੂ ਸ਼ਬਦ ਕਿਸ ਵਾਸਤੇ ਆਇਆ ਹੈ, ਕਿਹਨਾਂ ਅਰਥਾਂ ਵਿੱਚ ਆਇਆ ਹੈ। ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਗੁਰੂ ਸ਼ਬਦ ਦੀ ਵਰਤੋਂ ਬਹੁਤ ਵਾਰੀ ਕੀਤੀ ਹੈ। ਇੱਥੇ ਭਾਵੇਂ ਹਲੇ ਹੋਰ ਬਹੁਤ ਸਾਰਾ ਇਹਦੇ 'ਤੇ ਖੋਜ ਹੋਣ ਦੀ ਲੋੜ ਹੈ, ਪਰ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਹਾਂ, ਸਮਝਦਾ ਹਾਂ ਕਿ ਇਹ ਗਿਆਨ ਵਾਸਤੇ ਹੈ। ਗਿਆਨ ਵੀ ਉੱਚੇ ਦਰਜੇ ਦਾ ਗਿਆਨ, ਗੁਰੂ ਦਾ ਗਿਆਨ ਤੋਂ ਭਾਵ ਹੈ ਅਕਾਲ ਪੁਰਖ ਦੇ ਨਿਯਮ ਦਾ ਗਿਆਨ, ਉਹਦੀ ਕੁਦਰਤ ਦਾ ਗਿਆਨ, ਜ਼ਿੰਦਗੀ ਜਿਉਣ ਦੇ ਢੰਗ ਤਰੀਕਿਆਂ ਦਾ ਗਿਆਨ। ਉਸ ਜਿਹੜਾ ਉੱਚੇ ਦਰਜੇ ਦਾ ਗਿਆਨ ਹੈ, ਉਸ ਗਿਆਨ ਨੂੰ ਗੁਰੂ ਆਖਿਆ। ਅਸਲ ਦੇ ਵਿੱਚ ਇਹ ਹੁੰਦਾ ਹੈ ਗੁਰ, ਗੁਰ ਤੋਂ ਭਾਵ ਹੁੰਦਾ ਇੱਕ ਤਰੀਕਾ, ਇੱਕ ਟੈਕਨੋਲੋਜੀ, ਇੱਕ ਢੰਗ, ਇੱਕ ਆਪਣੇ ਆਪ ਨੂੰ ਕਿਸੇ ਵੀ ਮੁਸ਼ਕਲ ਦੇ ਵਿੱਚੋਂ ਕੱਢ ਲੈਣ ਦਾ ਦੋ ਪੇਚ, ਜਿਵੇਂ ਰਾਜਨੀਤੀ ਦੋ ਪੇਚ ਆਪਾਂ ਕਹਿ ਦਿੰਦੇ ਹਾਂ, ਜਿਹੜਾ ਜ਼ਿੰਦਗੀ ਨੂੰ ਸੋਹਣੀ ਬਣਾਉਣ ਵਾਸਤੇ ਤੌਰ ਤਰੀਕੇ ਨੇ, ਉਹ ਸਾਰੇ ਹੀ ਗੁਰੂ ਦਾ ਗੁਰ ਮੈਨੇ ਗੁਰ ਇਹਨੂੰ ਯਾਦ ਰੱਖੀਏ। ਇਹ ਗੁਰ ਦਾ ਮਹਿਨਾ ਹੁੰਦਾ ਕਿ ਢੰਗ, ਇੱਕ ਤਰੀਕਾ, ਕਿ ਮੈਂ ਤਾਂ ਇਹ ਫਲਾਣੇ ਵੀਰ ਤੋਂ ਇੱਕ ਗੁਰ ਸਿੱਖ ਲਿਆ, ਅਤੇ ਉਹ ਗੁਰ ਸਿੱਖਣ ਤੋਂ ਭਾਵ ਹੈ ਕਿ ਮੈਂ ਇੱਕ ਤਰੀਕਾ ਸਿੱਖ ਲਿਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਸ ਕੁਦਰਤ ਦੇ ਵੱਡੇ ਵਰਤਾਰੇ ਦਾ ਕੀ ਢੰਗ ਹੈ, ਕੀ ਤਰੀਕਾ ਹੈ, ਉਹ ਗੁਰ ਉਹਨਾਂ ਨੇ ਆਪ ਸਿੱਖ ਲਿਆ ਅਤੇ ਉਹ ਗੁਰ ਸਾਨੂੰ ਸਿਖਾ ਰਹੇ ਨੇ। ਇੱਥੇ ਸ਼ਬਦ ਕਈਆਂ ਥਾਵਾਂ 'ਤੇ ਗੁਰ ਆਇਆ, ਕਿਤੇ ਗੁਰੂ ਆਇਆ, ਕਿਤੇ ਗੁਰਾ ਇੱਕ ਦੇ ਬੁਝਾਈ ਆਇਆ, ਕਿਤੇ ਸਤਿਗੁਰੂ ਆਇਆ, ਬਹੁਤ ਰੂਪਾਂ 'ਚ ਇਹ ਵਰਤਿਆ ਗਿਆ। ਇਹਦਾ ਮਤਲਬ ਹੈ ਗਿਆਨ, ਅਕਲ, ਹੌਸਲਾ, ਹਿੰਮਤ, ਸਿਆਣਪ, ਬਹੁਤ ਸਾਰੇ ਤਰੀਕਿਆਂ ਨਾਲ ਇਹਨੂੰ ਆਪਾਂ ਵਰਤ ਸਕਦੇ ਹਾਂ, ਭਾਵ ਹੈ ਸਫਲ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਸਿੱਖਣਾ, ਇਹ ਸਭ ਤੋਂ ਸਾਡੇ ਵਾਸਤੇ ਜ਼ਰੂਰੀ ਹੈ। ਗੁਰਬਾਣੀ ਦੇ ਹੋਰ ਬਹੁਤ ਸਾਰੇ ਉਪਦੇਸ਼ ਵੀ ਨੇ, ਪਰ ਇਹ ਉਪਦੇਸ਼ ਵੀ ਆਪਾਂ ਯਾਦ ਰੱਖਣਾ ਕਿ ਗਿਆਨ ਅਕਲ ਇਹ ਸਾਡਾ ਗੁਰੂ ਹੈ, ਅਤੇ ਉਹ ਜਿੱਥੋਂ ਵੀ ਗੁਰਬਾਣੀ 'ਚੋਂ ਤਾਂ ਲੈਣਾ ਹੀ ਲੈਣਾ, ਹੋਰ ਵੀ ਜਿੱਥੋਂ ਇਹ ਗਿਆਨ ਮਿਲਦਾ ਬਹੁਤ ਚੰਗੀ ਗੱਲ ਹੈ। ਸਵਾਲ ਨੰਬਰ 26, ਭਾਈ ਅਰਸ਼ਪ੍ਰੀਤ ਸਿੰਘ ਬਠਿੰਡਾ ਤੋਂ ਸਵਾਲ ਕਰਦੇ ਨੇ, ਸ਼ਰਧਾ ਅਗਿਆਨਤਾ ਦਾ ਹੀ ਦੂਜਾ ਨਾਮ ਹੈ ਇਹ ਕਿਹਾ ਜਾਂਦਾ, ਇਹ ਮੈਨੂੰ ਸਮਝ ਨਹੀਂ ਆਇਆ, ਕਿਰਪਾ ਕਰਕੇ ਦੱਸਿਆ ਜਾਵੇ। ਗੁਰੂ ਪਿਆਰ ਵਾਲਿਓ, ਜੇ ਕਿਤੇ ਇਹਨਾਂ ਦੋ ਸ਼ਬਦਾਂ ਨੂੰ ਇਕੱਠੇ ਜੋੜ ਲਿਆ ਜਾਵੇ ਤਾਂ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਸ਼ਰਧਾ ਜਮਾਂ ਉੱਲੂ, ਉੱਲੂ ਸ਼ਬਦ ਆਪਾਂ ਉਸ ਬੰਦੇ ਵਾਸਤੇ ਵਰਤਦੇ ਹਾਂ ਜਿਹੜਾ ਅੰਧਕਾਰ 'ਚ ਗਰਕਿਆ ਹੋਵੇ, ਜਿਹਨੂੰ ਅਕਲ ਘੱਟ ਹੋਵੇ, ਜਿਵੇਂ ਆਪਾਂ ਕਹਿੰਦੇ ਹਾਂ ਵੀ
ਉੱਲੂ ਤਾਂ ਰਾਤ ਨੂੰ ਹਨੇਰੇ 'ਚ ਹੀ ਟੱਕਰਾਂ ਮਾਰਦਾ ਫਿਰਦਾ, ਦਿਨੇ ਤਾਂ ਉਹ ਬਾਹਰ ਵੀ ਨਹੀਂ ਨਿਕਲਦਾ, ਭਾਵ ਕਿ ਅੰਧਕਾਰ ਦੇ ਵਿੱਚ ਡੁੱਬਿਆ ਹੋਇਆ ਇੱਕ ਪੰਛੀ ਉੱਲੂ ਦੇ ਨਾਲ ਬੇਅਕਲੀ ਜੁੜੀ ਹੋਈ ਹੈ। ਤਾਂ ਇਸ ਤਰ੍ਹਾਂ ਸ਼ਰਧਾ ਜਮ੍ਹਾਂ ਉੱਲੂ, ਜਦੋਂ ਦੋ ਇਕੱਠੇ ਜੋੜ ਲਈਏ ਸ਼ਬਦ ਤਾਂ ਸ਼ਰਧਾਲੂ ਬਣ ਜਾਂਦਾ ਹੈ, ਭਾਵ ਸ਼ਰਧਾ ਰੱਖਣ ਵਾਲਾ ਉੱਲੂ ਵਰਗਾ ਬੰਦਾ ਹੈ। ਜਿੱਥੇ ਸਾਡੇ ਕੋਲ ਗਿਆਨ ਨਹੀਂ ਹੁੰਦਾ, ਅਕਲ ਨਹੀਂ ਹੁੰਦੀ, ਉੱਥੇ ਦਲੀਲ ਨਾਲ ਗੱਲ ਕਰਨ ਦੀ ਥਾਂ 'ਤੇ, ਸਮਝਾਉਣ ਦੀ ਥਾਂ 'ਤੇ ਫਿਰ ਅਸੀਂ ਕੀ ਕਹਿੰਦੇ ਹਾਂ, ਮੈਂ ਜੀ ਇਹਨੂੰ ਕਿਉਂ ਨਾ ਮੰਨਾਂ, ਕਿਉਂਕਿ ਮੇਰੀ ਤਾਂ ਇੱਥੇ ਸ਼ਰਧਾ ਹੈ। ਮੜੀ 'ਤੇ, ਕਬਰ 'ਤੇ, ਕਿਸੇ ਰੁੱਖ 'ਤੇ, ਬਿਰਖ 'ਤੇ, ਟਾਹਲੀ 'ਤੇ, ਕਿਸੇ ਸਾਧ 'ਤੇ, ਸੰਤ 'ਤੇ, ਜੁੱਤੀਆਂ ਜੋੜਿਆਂ 'ਤੇ ਵੀ, ਲੋਕਾਂ ਦੀ ਜੇ ਉਹਨੂੰ ਪੁੱਛੀਏ ਕਿ ਜੁੱਤੀਆਂ ਨੂੰ ਮੱਥਾ ਕਿਉਂ ਟੇਕਦਾ, ਮੇਰੀ ਤਾਂ ਜੀ ਸ਼ਰਧਾ ਹੈ। ਭਾਵ ਕਿ ਜਿੱਥੇ ਅਕਲ ਕੰਮ ਨਹੀਂ ਕਰਦੀ ਉੱਥੇ ਸ਼ਰਧਾ ਦਾ ਬਹਾਨਾ ਘੜਿਆ ਜਾਂਦਾ ਹੈ। ਸ਼ਰਧਾ ਹੁੰਦੀ ਹੈ ਮੂਰਖਤਾ ਨੂੰ, ਅਤੇ ਤਰਕ ਹੁੰਦਾ ਗਿਆਨਵਾਨ ਬੰਦਿਆਂ ਕੋਲ, ਅਕਲਵੰਦ ਬੰਦਿਆਂ ਕੋਲ। ਉਹ ਸਮਝ ਕੇ, ਪਰਖ ਕੇ ਕਿਸੇ ਨੂੰ ਮਿਲਦੇ ਨੇ, ਪਰਖ ਕਰਕੇ ਉਹਦੇ ਨਾਲ ਵਿਹਾਰ ਕਰਦੇ ਨੇ, ਰਿਸ਼ਤੇਦਾਰੀਆਂ ਅਤੇ ਹੋਰ ਜਿਹੜਾ ਕਾਰੋਬਾਰ ਹੈ ਉਹ ਜੇ ਕਿਤੇ ਅੱਖਾਂ ਮੀਟ ਕੇ, ਅੰਨੇ ਹੋ ਕੇ, ਸ਼ਰਧਾਲੂ ਬਣ ਕੇ ਕਾਰੋਬਾਰ ਕੀਤੇ ਜਾਣ, ਰਿਸ਼ਤੇਦਾਰੀਆਂ ਪਾਈਆਂ ਜਾਣ, ਤਾਂ ਉੱਥੇ ਬੰਦਾ ਫੇਲ ਹੋ ਜਾਂਦਾ, ਮਾਰ ਖਾ ਜਾਂਦਾ। ਸ਼ਰਧਾਲੂ ਕਿਤੇ ਵੀ ਨਹੀਂ ਬਣਨਾ, ਅਕਲਵੰਦ ਬਣਨਾ, ਗਿਆਨਵਾਨ ਬਣਨਾ, ਤਰਕਸ਼ੀਲ ਬਣਨਾ, ਪਰਖ ਕਰਨੀ ਹੈ ਕਿ ਇਹ ਰਿਸ਼ਤਾ ਸਾਡੇ ਪਰਿਵਾਰ ਵਾਸਤੇ ਯੋਗ ਹੈ ਕਿ ਨਹੀਂ ਹੈ, ਇਹ ਸੌਦਾ ਸਾਡੇ ਵਾਸਤੇ ਠੀਕ ਹੈ ਕਿ ਨਹੀਂ ਹੈ, ਮੈਂ ਜਿਸ ਰਾਹ 'ਤੇ ਚੱਲਿਆ ਇਹ ਰਾਹ ਮੇਰੇ ਵਾਸਤੇ ਫਾਇਦੇਮੰਦ ਹੈ ਕਿ ਨੁਕਸਾਨਦੇਹ ਹੈ। ਜਦੋਂ ਅਸੀਂ ਇਸ ਤਰ੍ਹਾਂ ਸੋਚ ਸਮਝ ਕੇ ਚੱਲਾਂਗੇ ਤਾਂ ਸ਼ਰਧਾ ਖਤਮ ਹੋ ਜਾਵੇਗੀ ਅਤੇ ਸਹੀ ਮਾਰਗ ਤੁਹਾਨੂੰ ਆਪਣੇ ਆਪ ਮਿਲ ਜਾਵੇਗਾ। ਗੁਰਬਾਣੀ ਸਾਨੂੰ ਅੰਧ ਵਿਸ਼ਵਾਸ 'ਚੋਂ, ਸ਼ਰਧਾ 'ਚੋਂ ਕੱਢ ਕੇ ਗਿਆਨਵਾਨ ਅਕਲਵੰਦ ਬਣਾਉਣਾ ਚਾਹੁੰਦੀ ਹੈ। ਸੋ ਸ਼ਰਧਾਲੂ ਨਹੀਂ ਬਣਨਾ, ਅਕਲਵੰਦ ਗਿਆਨਵਾਨ ਬਣਨਾ। 27 ਨੰਬਰ ਸਵਾਲ ਭਾਈ ਵਿਕਰਮਜੀਤ ਸਿੰਘ ਪਿੰਡ ਰੌਣੀ ਲੁਧਿਆਣਾ ਤੋਂ ਭੇਜਦੇ ਨੇ। ਇਹਨਾਂ ਦਾ ਸਵਾਲ ਹੈ ਕਿ ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਕੀ ਸਹੀ ਪ੍ਰਚਾਰ ਕਰਦੇ ਨੇ? ਗੁਰੂ ਪਿਆਰ ਵਾਲਿਓ, ਇਹ ਸ਼ਰਧਾ ਵਾਲੇ ਸਵਾਲ ਦੇ ਵਿੱਚ ਹੁਣੀ ਮੈਂ ਦੱਸ ਕੇ ਹਟਿਆਂ, ਕਿਸੇ ਵੀ ਵਿਅਕਤੀ ਦੇ ਮਗਰ ਅੰਨੇ ਸ਼ਰਧਾਲੂ ਬਣ ਕੇ ਨਹੀਂ ਲੱਗਣਾ। ਆਪਣੀ ਅਕਲ ਦੀ ਪਰਖ ਕਰੋ, ਆਪਣੀ ਅਕਲ ਦੀ ਵਰਤੋਂ ਕਰੋ ਅਤੇ ਦੇਖੋ ਕਿ ਉਹ ਕੀ ਠੀਕ ਬੋਲਦੇ ਨੇ, ਕੀ ਗਲਤ ਕਰਦੇ ਨੇ। ਉਹਨਾਂ ਨੇ ਬਹੁਤ ਕੁਝ ਉਹ ਸਾਹਮਣੇ ਲਿਆਂਦਾ ਜਿਹੜਾ ਕਿ ਕੋਈ ਹੋਰ ਵਿਦਵਾਨ, ਹੋਰ ਪ੍ਰਚਾਰਕ ਸਾਹਮਣੇ ਨਹੀਂ ਸੀ ਲਿਆ। ਕੁਝ ਗੱਲਾਂ ਤੁਹਾਨੂੰ ਜੇ ਨਹੀਂ ਵੀ ਚੰਗੀਆਂ ਲੱਗਦੀਆਂ ਤਾਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ। ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਬੇਅੰਤ ਸੰਗਤ 99% ਹੀ ਲਾ ਲਓ, ਗੁਰੂ ਗ੍ਰੰਥ ਸਾਹਿਬ ਨੂੰ ਵੀ ਸ਼ਰਧਾ ਵਾਸੀ ਮੱਥੇ ਟੇਕ ਰਹੀ ਹੈ, ਉਹਨਾਂ ਨੂੰ ਨਹੀਂ ਪਤਾ ਕਿ ਇਹਦੇ ਵਿੱਚ ਲਿਖਿਆ ਕੀ ਹੈ। ਕਿਸੇ ਵੀ ਬੰਦੇ ਦੇ ਮਗਰ ਸ਼ਰਧਾ ਦੇ ਨਾਲ ਕਦੀ ਨਾ ਲੱਗਿਓ, ਭਾਵੇਂ ਕਿੱਡਾ ਵੱਡਾ ਪ੍ਰਚਾਰਕ ਹੈ ਅਤੇ ਭਾਵੇਂ ਕੋਈ ਕਿੱਡਾ ਵੱਡਾ ਸਾਧ ਸੰਤ ਹੈ, ਉਹ ਪਰਖ ਕਰਿਓ ਕਿ ਉਹਦੇ ਕੋਲ ਸਾਨੂੰ ਜਿਹੜਾ ਗਿਆਨ ਦੇ ਰਿਹਾ ਉਹ ਸਹੀ ਹੈ ਜਾਂ ਗਲਤ ਹੈ। ਤੋ ਇਸੇ ਤਰ੍ਹਾਂ ਭਾਈ ਹਰਨੇਕ ਸਿੰਘ ਨੂੰ ਤੁਸੀਂ ਆਪਣੇ ਆਪ ਪਰਖ ਕਰਕੇ ਦੇਖ ਸਕੋਗੇ ਕਿ ਜਿਹੜੀਆਂ ਉਹ ਗੱਲਾਂ ਕਹਿ ਰਹੇ ਨੇ ਸਾਡੇ ਸਮਾਜ ਵਾਸਤੇ ਕਿੰਨੀਆਂ ਲਾਹੇਵੰਦ ਨੇ ਜਾਂ ਕਿਤੇ ਨੁਕਸਾਨਦੇਹ ਨੇ। ਇਹ ਪਰਖ ਕਰਨ ਦੀ ਆਪਣੇ ਆਪ ਅੰਦਰ ਯੋਗਤਾ ਪੈਦਾ ਕਰੋ, ਕਿਸੇ ਦੇ ਵੀ ਅੰਨੇ ਸ਼ਰਧਾਲੂ ਬਣ ਕੇ ਪਿਛਲੱਗ ਨਾ ਬਣਿਓ। ਉਹ ਬੇਅੰਤ ਨਵੀਆਂ ਗੱਲਾਂ ਕਰ ਰਹੇ ਨੇ, ਸਾਡੇ ਸਨਮੁੱਖ ਲਿਆ ਰਹੇ ਨੇ, ਪਰ ਫਿਰ ਵੀ ਕਈ ਗੱਲਾਂ ਸਾਨੂੰ ਚੰਗੀਆਂ ਨਾ ਲੱਗਦੀਆਂ ਹੋਣ ਤਾਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ। ਇਹ ਤੁਹਾਡੀ ਇੱਛਾ 'ਤੇ, ਸਿਆਣਪ 'ਤੇ ਨਿਰਭਰ ਕਰਦਾ। ਸਵਾਲ ਨੰਬਰ 28 ਭਾਈ ਅਮਨਦੀਪ ਸਿੰਘ ਪਿੰਡ ਜੰਡਿਆਲੀ ਜ਼ਿਲ੍ਹਾ ਲੁਧਿਆਣਾ ਤੋਂ ਹੈ। ਇਹਨਾਂ ਦਾ ਸਵਾਲ ਹੈ ਕਿ ਕੀ ਸੰਗਰਾਂਦ, ਮੱਸਿਆ, ਪੁੰਨਿਆ ਆਦਿ ਗੁਰੂ ਸਾਹਿਬਾਨ ਵੇਲੇ ਵੀ ਮਨਾਈਆਂ ਜਾਂਦੀਆਂ ਸਨ? ਅੰਧ ਵਿਸ਼ਵਾਸ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੇ ਕੰਮ ਅਜਿਹੇ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਕੋਈ ਅੱਜ ਕੀਮਤ ਨਹੀਂ ਰਹੀ। ਉਦੋਂ ਤਾਂ ਮਨਾਏ ਜਾਂਦੇ ਹੋਣਗੇ ਪਰ ਇਹਨਾਂ ਦਾ ਕੋਈ ਲਿਖਤੀ ਸਬੂਤ ਸਾਡੇ ਕੋਲ ਨਹੀਂ ਹੈ। ਬ੍ਰਾਹਮਣ ਨੇ ਆਪਣੇ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਕੋਈ ਵਿੱਦਿਆ ਦੇ ਕੇਂਦਰ ਉਦੋਂ ਨਹੀਂ ਹੁੰਦੇ ਸੀ। ਕੇਵਲ ਪੜ੍ਹਿਆ ਲਿਖਿਆ ਤਬਕਾ ਬ੍ਰਾਹਮਣ ਹੀ ਸੀ, ਥੋੜ੍ਹਾ ਬਹੁਤ ਖੱਤਰੀ ਪੜ੍ਹਦੇ ਸਨ, ਬਾਕੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਗੁਰੂ ਸਾਹਿਬ ਨੇ ਸਾਰੀਆਂ ਪੁਰਾਤਨ ਪਰੰਪਰਾਵਾਂ, ਮਰਿਆਦਾਵਾਂ ਉਹ ਰੱਦ ਕਰ ਦਿੱਤੀਆਂ ਜਿਹੜੀਆਂ ਸਾਡੀ ਜ਼ਿੰਦਗੀ 'ਚ ਕਿਸੇ ਕੰਮ ਨਹੀਂ ਸੀ ਆਉਂਦੀਆਂ। ਥਿੱਤ ਵਾਰ ਸੇਵਾ ਮੁਗਧ ਗਵਾਰ, ਭਾਵ ਕਿ ਚੰਗਾ ਮਾੜਾ ਦਿਨ ਮੰਨਣ ਵਾਲੇ ਉਹ ਮੂਰਖ ਲੋਕ ਨੇ, ਕਿਉਂਕਿ ਜੇ ਆਪਾਂ ਮੰਨਦੇ ਹਾਂ ਕਿ ਪਰਮਾਤਮਾ ਸਾਰੇ ਕੰਮ ਆਪ ਕਰਦਾ ਅਤੇ ਉਹਨੇ ਫਿਰ ਮਾੜੇ ਦਿਨ ਵੀ ਬਣਾਏ ਨੇ ਪਰਮਾਤਮਾ ਨੇ, ਕੋਈ ਦਿਨ ਵੀ ਚੰਗਾ ਬਣਾਤਾ, ਇਹਦਾ ਮਤਲਬ ਹੈ ਬੁੱਧਵਾਰ ਬਹੁਤ ਚੰਗਾ ਅਤੇ ਵੀਰਵਾਰ ਨਾਲ ਹੀ ਬਹੁਤ ਮਾੜਾ ਆ ਗਿਆ, ਐਤਵਾਰ ਚੰਗਾ ਅਤੇ ਸ਼ਨੀਵਾਰ ਬਹੁਤ ਮਾੜਾ ਆ ਗਿਆ। ਇਹ ਸਾਰਾ ਕੁਝ ਸਾਡੀ ਖੋਪੜੀ ਦੇ ਵਿੱਚ ਪੁਜਾਰੀ ਤਬਕੇ ਨੇ ਪਾਇਆ।
ਕੋਈ ਦਿਨ ਮਾੜਾ ਚੰਗਾ ਨਹੀਂ ਹੈ, ਸਾਰੇ ਇਕਸਾਰ ਨੇ। ਉਹੀ ਸੂਰਜ ਹੈ, ਉਹੀ ਚੰਦ ਹੈ, ਉਹੀ ਧਰਤੀ ਹੈ, ਉਹੀ ਹਵਾ ਹੈ, ਪੌਣ ਪਾਣੀ ਹੈ, ਕੋਈ ਤਬਦੀਲੀ ਨਹੀਂ ਆਈ। ਤਬਦੀਲੀ ਚੰਗੀ ਜਾਂ ਮਾੜੀ ਸਾਡੇ ਸੁਭਾਅ 'ਚ ਆਉਂਦੀ ਹੈ, ਸਾਡੇ ਕੰਮਾਂ 'ਚ ਆਉਂਦੀ ਹੈ। ਜਿੱਦਣ ਅਸੀਂ ਚੰਗਾ ਕੰਮ ਕਰਦੇ ਹਾਂ ਉਦੋਂ ਚੰਗਾ ਦਿਨ ਹੁੰਦਾ, ਜਿੱਦੇ ਮਾੜਾ ਕੰਮ ਕਰਦੇ ਹਾਂ ਉਦਣ ਮਾੜਾ ਦਿਨ ਹੁੰਦਾ। ਗੁਰੂ ਸਾਹਿਬ ਨੇ ਸਾਨੂੰ ਇਹ ਜਿਹੜੇ ਦਿਨ ਆਦਿਕ ਨੇ ਇਹਨਾਂ ਨੂੰ ਨਾ ਮੰਨਣ ਦੀ ਤਾਕੀਦ ਕੀਤੀ ਹੈ ਕਿ ਕਿਸੇ ਦਿਨ ਨੂੰ ਚੰਗਾ ਮਾੜਾ ਕਰਕੇ ਨਹੀਂ ਮੰਨਣਾ। ਜੇ ਕਿਤੇ ਗੁਰੂ ਸਾਹਿਬ ਦਾ ਗੁਰਪੁਰਬ ਵੀ ਅਸੀਂ ਮਨਾਉਣਾ, ਉਹ ਚੰਗੇ ਦਿਨ ਕਰਕੇ ਨਹੀਂ, ਬਲਕਿ ਉਸ ਦਿਨ ਗੁਰੂ ਨੂੰ ਯਾਦ ਕਰਨਾ ਅਤੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਕੋਈ ਉਤਸ਼ਾਹ ਭਰਨਾ, ਕੋਈ ਸੁਧਾਰ ਕਰਨਾ, ਇਹਦੇ ਵਾਸਤੇ ਗੁਰਪੁਰਬ ਮਨਾਉਣੇ ਨੇ। ਉਂਝ ਕੋਈ ਦਿਨ ਵੀ ਚੰਗਾ ਮਾੜਾ ਨਹੀਂ। ਸਵਾਲ ਨੰਬਰ 29 ਅਤੇ 30 ਦੋ ਸਵਾਲ ਪਵਨਦੀਪ ਸਿੰਘ ਨੇ ਭੇਜੇ ਨੇ, ਜੋ ਫਰਾਂਸ ਤੋਂ ਸਵਾਲ ਆਏ ਨੇ। ਇੱਕ ਸਵਾਲ ਹੈ ਪਹਿਲਾ ਇਹਨਾਂ ਦਾ, ਕੀ ਨਿਤਨੇਮ ਕਰਨਾ ਜ਼ਰੂਰੀ ਹੈ? ਗੁਰੂ ਪਿਆਰ ਵਾਲਿਓ, ਜੇ ਬੱਚੇ ਆਪਣੀਆਂ ਕਿਤਾਬਾਂ ਦਾ ਕੇਵਲ ਰੱਟਾ ਲਾਈ ਜਾਣ ਅਤੇ ਉਹਦੇ 'ਤੇ ਅਮਲ ਨਾ ਕਰਨ, ਅੱਗੇ ਜ਼ਿੰਦਗੀ 'ਚ ਕੋਈ ਉਸਾਰੂ ਕਾਰੋਬਾਰ ਨਾ ਕਰਨ, ਤਾਂ ਉਹ ਰੱਟਾ ਲਾਉਣ ਦਾ ਕੋਈ ਫਾਇਦਾ ਨਹੀਂ, ਉਹ ਬੇਕਾਰ ਹੈ। ਜੇ ਕੋਈ ਡਾਕਟਰ MBBS ਪਾਸ ਤਾਂ ਕਰ ਲਵੇ ਪਰ ਇਲਾਜ ਕਰਨ ਯੋਗਾ ਨਾ ਹੋਵੇ, ਤਾਂ ਉਹਦੀ MBBS ਪਾਸ ਕੀਤੀ ਬੇਕਾਰ ਹੈ। ਇਸੇ ਤਰ੍ਹਾਂ ਜੇ ਗੁਰਬਾਣੀ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਨਹੀਂ ਢਾਲੀ, ਤਾਂ ਫਿਰ ਇਹ ਗੁਰਬਾਣੀ ਦਾ ਨਿਤਨੇਮ ਕਰਨਾ ਬੇਕਾਰ ਹੈ। ਅਸੀਂ ਜ਼ਿੰਦਗੀ ਦੇ ਵਿੱਚ ਗੁਰਬਾਣੀ ਨੂੰ ਉਤਾਰ ਕੇ ਆਪਣੀ ਜ਼ਿੰਦਗੀ ਦਾ ਅੱਛਾ ਉੱਤਮ ਦਰਜੇ ਦਾ ਨੇਮ ਬਣਾਉਣਾ ਹੈ, ਭਾਵ ਕਿ ਅਸੀਂ ਉਹਨਾਂ ਨੇਮਾਂ 'ਤੇ ਨਿਯਮਾਂ 'ਤੇ ਜ਼ਿੰਦਗੀ ਜਿਉਣੀ ਹੈ ਜਿਨ੍ਹਾਂ ਦਾ ਸਾਨੂੰ ਗੁਰਬਾਣੀ 'ਚ ਹੁਕਮ ਦਿੱਤਾ ਗਿਆ। ਇਹ ਦੋ ਚਾਰ ਬਾਣੀਆਂ 'ਤੇ ਰੁਕ ਜਾਣਾ ਇਹ ਕੋਈ ਸਿਆਣਪ ਨਹੀਂ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਰਥਾਂ ਸਮੇਤ ਸਹਿਜ ਪਾਠ ਦੇ ਰਾਹੀਂ ਲਗਾਤਾਰ ਪੜ੍ਹੋ। ਜਿੰਨਾ ਕੁ ਸਮਾਂ ਮਿਲਦਾ ਹੈ ਉਨਾ ਕੁ ਅਧਿਐਨ ਰੋਜ਼ਾਨਾ ਕਰਦੇ ਜਾਓ। ਜਿਨ੍ਹਾਂ ਜਿਨ੍ਹਾਂ ਗੱਲਾਂ ਦਾ ਉਪਦੇਸ਼, ਜਿਵੇਂ ਜਾਤ ਪਾਤ ਨਹੀਂ ਮੰਨਣੀ, ਔਰਤਾਂ ਨੂੰ ਬਰਾਬਰ ਮੰਨਣਾ, ਰਿਸ਼ਵਤ ਨਹੀਂ ਲੈਣੀ, ਸ਼ਰਾਬ ਨਹੀਂ ਪੀਣੀ, ਇਹ ਜਿਹੜੇ ਉਪਦੇਸ਼ ਨੇ ਗੁਰਬਾਣੀ 'ਚ, ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਉਤਾਰੋ ਅਤੇ ਆਪਣਾ ਨਿਯਮ ਨੇਮ ਬਣਾ ਲਓ ਕਿ ਮੈਂ ਇਹਨਾਂ ਨੇਮਾਂ 'ਤੇ ਪੱਕਾ ਰਵਾਂਗਾ। ਇਹ ਹੈ ਸਾਡਾ ਜ਼ਿੰਦਗੀ ਦਾ ਨਿਤਨੇਮ। ਮੇਰੀਆਂ ਕਿਤਾਬਾਂ ਦੇ ਵਿੱਚ ਮੈਂ 52 ਇਹੋ ਜਿਹੇ ਹਵਾਲੇ ਦੇ ਕੇ ਗੁਰਬਾਣੀ 'ਚੋਂ ਪੂਰਾ ਲੰਮਾ ਲੇਖ ਲਿਖਿਆ ਕਿ ਸਾਡੀ ਜ਼ਿੰਦਗੀ ਦਾ ਨਿਤਨੇਮ ਕੀ ਹੈ, ਭਾਵ ਕਿ ਵਿਕਾਰਾਂ ਤੋਂ, ਬੁਰਾਈਆਂ ਤੋਂ ਬਚ ਜਾਣਾ ਸਾਡਾ ਨੇਮ ਹੋਵੇ, ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦਾ ਇਹ ਢੰਗ ਹੈ, ਇਹੋ ਹੀ ਸਾਡਾ ਅਸਲੀ ਨਿਤਨੇਮ ਹੈ। ਕੇਵਲ ਰੱਟਾ ਲਾ ਲੈਣਾ ਇਹਦੀ ਕੋਈ ਕੀਮਤ ਨਹੀਂ ਹੈ। ਅਗਲਾ ਸਵਾਲ ਹੈ ਪਵਨਦੀਪ ਸਿੰਘ ਦਾ ਕਿ ਕੀ ਖੰਡੇ ਬਾਟੇ ਦੀ ਪਾਹੁਲ ਛਕਣੀ ਜ਼ਰੂਰੀ ਹੈ? ਪੰਜ ਕਕਾਰੀ ਹੋਣਾ ਜ਼ਰੂਰੀ ਹੈ? ਗੁਰੂ ਪਿਆਰ ਵਾਲਿਓ, ਇਹ ਗੁਰਬਾਣੀ ਦੇ ਵਿੱਚ ਅਜਿਹਾ ਕੋਈ ਉਪਦੇਸ਼ ਨਹੀਂ ਹੈ। ਇਹ 1945 ਦੇ ਵਿੱਚ ਬਣਾਈ ਗਈ ਰਹਿਤ ਮਰਿਆਦਾ ਦੇ ਵਿੱਚ ਹੀ ਦਰਜ ਕੀਤਾ ਗਿਆ ਅਤੇ ਇਸ ਨਿਤਨੇਮ ਦੇ ਵਿੱਚ ਅਤੇ ਖੰਡੇ ਕੀ ਪਾਹੁਲ ਦੇ ਵਿੱਚ ਦਸਮ ਗ੍ਰੰਥ ਦੀਆਂ ਬਾਣੀਆਂ ਵੀ ਸ਼ਾਮਿਲ ਕਰ ਲਈਆਂ ਗਈਆਂ ਨੇ, ਜਿਹੜਾ ਕਿ ਬਹੁਤ ਅਫਸੋਸਨਾਕ ਹੈ। ਪਰ ਇਹਨੇ ਇੱਥੇ ਮੈਂ ਦੱਸ ਦੇਵਾਂ, ਗੁਰੂ ਗੋਬਿੰਦ ਸਿੰਘ ਨੇ ਉਦੋਂ ਅੰਮ੍ਰਿਤ ਕਿਵੇਂ ਛਕਾਇਆ ਸੀ ਇਹਦੇ ਬਾਰੇ ਲਿਖਤੀ ਸਬੂਤ ਸਾਡੇ ਕੋਲ ਕੋਈ ਵੀ ਨਹੀਂ ਹੈ। ਸਾਰੇ ਲਿਖਾਰੀਆਂ ਦਾ ਅੱਡੋ ਅੱਡ ਵਿਚਾਰ ਹੈ, ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ, ਭਾਵ ਕਿ ਕਿਸੇ ਨੇ ਕਹਿ ਦਿੱਤਾ ਸਵਈਏ ਪੜ੍ਹ ਕੇ ਖੰਡੇ ਕੀ ਪਹੁਲ ਛਕਾਈ ਹੈ, ਕਿਸੇ ਨੇ ਕਹਿ ਦਿੱਤਾ ਆਨੰਦ ਸਾਹਿਬ ਪੜ੍ਹ ਕੇ ਛਕਾਈ ਹੈ, ਕਿਸੇ ਨੇ ਲਿਖ ਦਿੱਤਾ ਇਕੱਲਾ ਜਪਜੀ ਸਾਹਿਬ ਪੜ੍ਹ ਕੇ ਖੰਡੇ ਕੀ ਪੌਲ ਚੁਕਾਈ ਹੈ, ਅਤੇ ਕਿਸੇ ਨੇ ਲਿਖ ਦਿੱਤਾ ਦੇਵੀ ਮਾਈ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਰਪਾਨ ਦਿੱਤੀ ਸੀ, ਪਤਾਸੇ ਦਿੱਤੇ ਸੀ, ਜਦੋਂ ਕਿ ਉਦੋਂ ਪਤਾਸੇ ਹੁੰਦੇ ਹੀ ਨਹੀਂ ਸੀ, ਅਤੇ ਦੇਵੀ ਮਾਈ ਦਾ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਬਹੁਤ ਕੁਝ ਉਲਝਿਆ ਹੋਇਆ। ਇੰਨਾ ਕੁ ਮੰਨ ਲਈਏ ਕਿ ਉਦੋਂ ਗੁਰੂ ਗੋਬਿੰਦ ਸਿੰਘ ਨੇ ਖੰਡੇ ਕੀ ਪਹੁਲ ਛਕਾ ਕੇ ਜਿਵੇਂ ਵੀ ਉਹਨਾਂ ਨੇ ਠੀਕ ਸਮਝਿਆ, ਸਾਨੂੰ ਪੰਜਾਂ ਕਕਾਰਾਂ ਦੀ ਵਰਦੀ ਦੇ ਕੇ ਫੌਜੀ ਬਣਾਇਆ ਸੀ, ਨੌਜਵਾਨਾਂ ਨੂੰ ਵੱਡੇ ਪੈਮਾਨੇ 'ਤੇ ਭਰਤੀ ਕੀਤਾ ਸੀ ਫੌਜ ਦੇ ਵਿੱਚ, ਤਾਂ ਕਿ ਦੇਸ਼ ਦੇ ਰਾਖੇ ਬਣ ਸਕਣ। ਇਹ ਯੋਧੇ, ਉਹਨਾਂ ਨੂੰ ਟ੍ਰੇਨਿੰਗ ਵੀ, ਸਿਖਲਾਈ ਵੀ ਕਰਵਾਈ ਜਾਂਦੀ ਸੀ ਤਾਂ ਕਿ ਹਥਿਆਰ ਚਲਾਉਣੇ ਸਿੱਖ ਸਕਣ ਅਤੇ ਖਾਣਾ ਬਣਾ ਸਕਣ, ਆਪਣੀਆਂ ਕੱਪੜਾ ਲੀੜਾ ਫਟ ਗਿਆ ਉਹ ਵੀ ਉਹਨੂੰ ਮੁਰੰਮਤ ਕਰ ਸਕਣ, ਘੋੜ ਸਵਾਰੀ ਕਰ ਸਕਣ। ਇਹ ਸਾਰੇ ਕੰਮਾਂ ਦੀ ਸਿਖਲਾਈ ਤੋਂ ਬਾਅਦ ਉਹਨਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ। ਫਿਰ ਪੰਜ ਕਕਾਰਾਂ ਦੀ ਜਿਹੜੀ ਹੈ ਵਖਰੇਵਾਂ, ਉਹਨਾਂ ਨੂੰ ਹਰੇਕ ਫੌਜ ਦਾ, ਜਿਵੇਂ ਕਿ ਵਰਦੀ ਦੇ ਵਖਰੇਵੇਂ ਹੁੰਦੇ ਨੇ, ਚਿੰਨ੍ਹ ਹੁੰਦੇ ਨੇ, ਉਹ ਉਦੋਂ ਲੋੜ ਸੀ, ਉਹਨਾਂ ਦੀ ਵਰਦੀ ਉਹਨਾਂ ਨੂੰ ਪਹਿਲਾਈ ਗਈ ਸੀ। ਅਤੇ ਅੱਜ ਤੁਸੀਂ, ਤੁਹਾਡੀ ਮਰਜ਼ੀ 'ਤੇ ਨਿਰਭਰ ਹੈ ਕਿ ਤੁਸੀਂ ਅੱਜ ਫੌਜੀ ਬਣ ਕੇ ਦੇਸ਼ ਦਾ, ਆਪਣੇ ਲੋਕਾਂ ਦਾ ਕੀ ਭਲਾ ਕਰਨਾ ਚਾਹੁੰਦੇ ਹੋ। ਅੱਜ ਪੰਜ ਕਕਾਰ ਤੁਸੀਂ ਉਸ ਤਰ੍ਹਾਂ ਦੇ ਨਹੀਂ ਰੱਖ ਸਕੋਗੇ, ਅਤੇ ਦੁਨੀਆ ਦਾ, ਸਾਡੇ ਭਾਰਤ ਦਾ ਬਹੁਤ ਸਾਰੇ ਨਿਯਮ ਕਾਨੂੰਨ ਬਦਲ ਗਏ ਹੋਏ ਨੇ। ਅੱਜ ਸਾਡੀ ਰਾਖੀ ਭਾਰਤ ਦੀ ਫੌਜ ਕਰਦੀ ਹੈ, ਜਿਹੜੇ ਦੇਸ਼ 'ਚ ਤੁਸੀਂ ਰਹਿੰਦੇ ਹੋ ਉਸ ਦੇਸ਼ ਦੀ ਫੌਜ ਜਾਂ ਪੁਲਿਸ ਤੁਹਾਡੀ ਰਾਖੀ ਕਰਦੀ ਹੈ।
ਅਤੇ ਇਸ ਤਰ੍ਹਾਂ ਅੱਜ ਉਸ ਢੰਗ ਦਾ ਜੀਵਨ ਅਸੀਂ ਜਿਉ ਹੀ ਨਹੀਂ ਸਕਦੇ ਜਿਹਦਾ ਕਿ ਪ੍ਰਚਾਰ ਸਟੇਜਾਂ 'ਤੇ ਕੀਤਾ ਜਾ ਰਿਹਾ। ਇਹਨਾਂ ਪੱਖਾਂ 'ਤੇ ਉਮੀਦ ਹੈ ਤੁਸੀਂ ਜ਼ਰੂਰ ਵਿਚਾਰ ਕਰੋਗੇ।